ਸਤਨਾਮ ਵਾਹਿਗੁਰੂ ਸਾਹਿਬ ਜੀਓ। ਹੋਏ ਬੜੇਵਾਂ ਜੱਗ ਵਿੱਚ ਬੀਜੇ ਤਨ ਖੇਹ ਨਾਲ ਰਲਾਇਆ ਬੂਟੀ ਹੋਏ ਕਪਾਹ ਦੀ ਟਿੰਡੇ ਹੱਸ ਹੱਸ ਆਪ ਖਿੜਾਇਆ ਦੋਹ ਮਿਲ ਵੇਲਣ ਵੇਲਿਆ ਲੂੰ ਲੂੰ ਕਰ ਕਰ ਤੁੰਬ ਤੁੰਬਾਇਆ ਪਿੰਜਣ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਤਾਇਆ ਤਣ ਉਣ ਖੁੰਭ ਚੜਾਏ ਕੈ ਦੇ ਦੇ ਦੁੱਖ ਧੁਆਏ ਰੰਘਾਇਆ ਕੈਂਚੀ ਕੱਟਣ ਕੱਟਿਆ ਸੂਈ ਧਾਗੇ ਜੋੜ ਸਵਾਇਆ ਲੱਜਣ ਕੱਜਣ ਹੋਏ ਕਜਾਇਆ ਲੱਜਣ ਕੱਜਣ ਹੋਏ ਕਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਰਬ ਕਲਾ ਸਮਰੱਥ ਬਾਣੀ ਗੁਰੂ ਸਮਰੱਥ ਗੁਰੂ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀਓ, ਆਪ ਜੀ ਭਾਗਸ਼ਾਲੀ ਹੋ ਜੋ ਕਿ ਅਕਾਲ ਪੁਰਖ ਵਾਹਿਗੁਰੂ ਦੁਆਰਾ ਪ੍ਰਾਪਤ ਹੋਏ ਇਸ ਅਮੋਲਕ ਜੀਵਨ ਨੂੰ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਪਹੁੰਚ ਕੇ ਸਫਲ ਕਰ ਰਹੇ ਹੋ। ਅੱਜ ਦੇ ਇਸ ਪ੍ਰਸੰਗ ਵਿੱਚ ਜੋ ਇਸ ਘੰਟੇ ਵਿੱਚ ਗੁਰੂ ਕਿਰਪਾ ਦੁਆਰਾ ਵਿਚਾਰਨ ਦਾ ਯਤਨ ਕਰਾਂਗੇ, ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਪੌੜੀਆਂ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਇੱਕ ਐਸੇ ਪੁਰਸ਼ ਦੀ ਵਿਆਖਿਆ, ਐਸੀ ਸ਼ਖਸੀਅਤ ਦਾ ਵਰਣਨ ਕੀਤਾ ਗਿਆ ਹੈ ਜਿਹੜੀ ਸਿਰਫ ਆਪਣੇ ਵਾਸਤੇ ਨਹੀਂ ਜਿਉਂਦੀ, ਜੋ ਦੂਜਿਆਂ ਦੇ ਵੀ ਕੰਮ ਆਉਂਦੀ, ਜਿਹੜੀ ਕੇਵਲ ਸਵੈ ਅਰਥੀ ਨਹੀਂ, ਉਹ ਸੇਵਾ ਅਰਥੀ ਹੈ। ਐਸੀ ਸ਼ਖਸੀਅਤ ਜਿਹਨੇ ਆਪਣਾ ਜੀਵਨ ਗੁਰੂ ਨੂੰ ਸੌਂਪ ਦਿੱਤਾ, ਗੁਰੂ ਦਾ ਹੁਕਮ ਉਹਦੀ ਜ਼ਿੰਦਗੀ ਬਣ ਗਿਆ, ਆਪਣਾ ਆਪ ਵਾਰ ਦਿੱਤਾ ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਸਤਿਕਾਰ ਵਿੱਚ। ਕੋਈ ਬੰਧਨ ਹਿੱਤ ਨਹੀਂ, ਕਿਉਂ ਉਸਨੇ ਇਹ ਰਾਹ ਚੁਣਿਆ, ਜਦਕਿ ਔਖਾ ਵੀ ਹੈ। ਤੁਸੀਂ ਅੱਜ ਦਾ ਪ੍ਰਸੰਗ ਸੁਣੋਗੇ, ਇਹਦੇ ਵਿੱਚ ਇੱਕ ਬ੍ਰਹਮ ਗਿਆਨੀ ਦੇ ਜੀਵਨ ਵਿੱਚ ਆਏ ਹੋਏ ਦੁੱਖ ਦਾ ਜ਼ਿਕਰ ਹੈ, ਜਿਹਨੂੰ ਅਸੀਂ ਦੁੱਖ ਕਹਿੰਦੇ ਹਾਂ, ਉਹ ਨਹੀਂ ਕਹਿੰਦਾ, ਸਾਡੀ ਨਜ਼ਰ ਵਿੱਚ ਲੱਗਦਾ। ਸਵਾਲ ਖੜ੍ਹਾ ਹੁੰਦਾ ਵੀ ਜੇ ਧਰਮ ਇੰਨਾ ਔਖਾ ਹੈ, ਇੰਨਾ ਕਠਿਨ, ਤੁਸੀਂ ਬਾਣੀ ਵਿੱਚ ਵਾਰ ਵਾਰ ਪੜ੍ਹੋਗੇ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅੱਤ ਪੀੜੀ, ਉੱਥੇ ਟਿਕੈ ਨਾ ਭੁਣਹਣਾ, ਚੜ ਨਾ ਸਕੈ ਉੱਪਰ ਕੀੜੀ, ਇੱਕ ਨਹੀਂ ਬਹੁਤ ਪ੍ਰਮਾਣ ਨੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ।
ਇਹ ਮੈਂ ਸਿਰਫ ਥੋੜ੍ਹੇ ਜਿਹੇ ਪ੍ਰਮਾਣ ਤੁਹਾਡੇ ਨਾਲ ਸਾਂਝੇ ਕੀਤੇ ਨੇ। ਇੱਕ ਸਵਾਲ ਖੜਾ ਹੁੰਦਾ ਵੀ ਜੇ ਧਰਮ ਇੰਨਾ ਕਠਿਨ, ਜੇ ਗੁਰੂ ਦਾ ਸਿੱਖ ਬਣਨਾ ਇੰਨਾ ਔਖਾ, ਤਾਂ ਇੱਕ ਜਿਹੜਾ ਆਦਮੀ ਵਪਾਰੀ ਹੈ ਜੀਵਨ ਵਿੱਚ, ਉਹ ਜ਼ਰੂਰ ਸੋਚੇਗਾ ਵੀ ਜਿਹੜੇ ਕੰਮ ਦੇ ਵਿੱਚ ਖਤਰਾ ਹੀ ਖਤਰਾ ਹੈ, ਜਿਸ ਕੰਮ ਦੇ ਵਿੱਚ ਦੁੱਖ ਹੀ ਦੁੱਖ ਲੱਗਦਾ, ਉਹਦੇ ਤੋਂ ਤਾਂ ਬਚਿਆ ਜਾਏ, ਉਹਦੇ ਤੋਂ ਤਾਂ ਦੂਰ ਰਿਹਾ ਜਾਏ। ਪਰ ਫਿਰ ਵੀ ਜਗਤ ਇਸ ਖਤਰਨਾਕ ਰਸਤੇ ਨੂੰ ਕਿਉਂ ਅਪਣਾਉਂਦਾ, ਕਿਉਂ ਗੁਰੂ ਦੇ ਮਾਰਗ 'ਤੇ ਤੁਰਦਾ, ਇਹਦਾ ਕਾਰਨ ਕੀ ਹੈ? ਇਹਦੇ ਦੋ ਕਾਰਨ ਨੇ ਧਿਆਨ ਦੇਣਾ। ਧਰਮ ਤੋਂ ਬੰਦਾ ਕਿਉਂ ਨਹੀਂ ਛੁੱਟ ਸਕਿਆ ਅੱਜ ਤੱਕ, ਜਦਕਿ ਇਹਨੇ ਯਤਨ ਬੜਾ ਕੀਤਾ ਮੈਂ ਧਰਮ ਤੋਂ ਬਚ ਜਾਂ, ਬੜੇ ਸਾਧਨ ਕੀਤੇ ਨੇ, ਬਹੁਤ ਕੁਝ ਕੀਤਾ, ਕਾਹਦੇ ਵਾਸਤੇ? ਨਸ਼ੇ ਇਜਾਦ ਕੀਤੇ, ਨਾਚ ਰਾਗ ਇਜਾਦ ਕੀਤੇ, ਬੜੇ ਮਨੋਰੰਜਨ ਦੇ ਸਾਧਨ ਬਣਾਏ, ਪੁੱਛਿਆ ਜੀ ਕਾਹਦੇ ਵਾਸਤੇ? ਮੈਂ ਰੱਬ ਤੋਂ ਬਚ ਜਾਵਾਂ, ਮੈਨੂੰ ਰੱਬ ਨਾਲ ਜੁੜਨਾ ਨਾ ਪਵੇ, ਪਰ ਫਿਰ ਵੀ ਬਚ ਨਹੀਂ ਸਕਿਆ। ਅਖੀਰ ਨੂੰ ਆਮ ਤੌਰ 'ਤੇ ਸੁਣੀਦਾ ਹੀ ਏ, ਪਤਾ ਲੱਗਦਾ ਹੈ ਜੇ ਪਹਿਲਾਂ ਨਹੀਂ ਤਾਂ 50-55 ਸਾਲ ਤੋਂ ਬਾਅਦ ਆਮ ਤੌਰ 'ਤੇ ਆਪਾਂ ਸੁਣਦੇ ਹਾਂ, ਆਮ ਤੌਰ 'ਤੇ ਪਤਾ ਲੱਗਦਾ, ਕਹਿੰਦੇ ਹੁਣ ਤਾਂ ਕਹਿੰਦੇ ਗੁਰੂ ਵਾਲੇ ਬਾਣੀ ਗਏ, ਹੁਣ ਅੰਮ੍ਰਿਤ ਛਕ ਲਿਆ। ਕਿਉਂ? ਉਹਦੇ ਤੋਂ ਬਿਨਾਂ ਸਰਦਾ ਹੀ ਨਹੀਂ, ਧਿਆਨ ਦੇਣਾ, ਤਵੱਜੋ ਦੇਣਾ, ਉਸ ਰੱਬ ਤੋਂ ਬਿਨਾਂ ਕਿਸੇ ਦਾ ਸਰੇਗਾ ਨਹੀਂ। ਥੋੜ੍ਹਾ ਜਿਹਾ ਸ਼ਬਦ ਨਾਲ ਸਾਂਝ ਪਾਈਏ, ਸਰੇ ਕਰੋ ਕਿਰਪਾ। ਵਾਹਿਗੁਰੂ 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 ਮਨ ਨੂੰ ਜੋੜੀਏ ਫਿਰ ਵਿਚਾਰ ਦੇ ਨਾਲ, ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ, ਜੇ ਧਰਮ ਦਾ ਮਾਰਗ ਕਠਿਨ ਹੈ ਤੇ ਕੋਈ ਵਿਰਲਾ ਹੀ ਇਹਦੇ ਤੋਂ ਲੰਘਦਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ, ਬੜੇ ਘੱਟ ਲੋਕ, ਬਹੁਤ ਘੱਟ ਲੋਕ ਕਾਮਯਾਬ ਹੁੰਦੇ ਨੇ। ਕਾਰਨ ਕੀ ਹੈ? ਔਖਾ ਬੜਾ। ਇੱਥੇ ਇੱਕ ਬੇਨਤੀ ਕਰਾਂਗਾ, ਕਈ ਵਾਰੀ ਜਿਹੜਾ ਬੰਦਾ ਥੋੜ੍ਹਾ ਜਿਹਾ ਤੁਰਿਆ ਉਹ ਘਬਰਾ ਜਾਂਦਾ ਸੁਣ ਕੇ ਵੀ ਇਹ ਕਿਹੜੇ ਕੰਮ ਵਿੱਚ ਪੈ ਗਏ। ਸਾਨੂੰ ਦੱਸਣ ਵਾਲਿਆਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ। ਇਸ ਸੰਬੰਧ ਵਿੱਚ ਮੈਂ ਧਰਮ ਨੂੰ ਦੋ ਹਿੱਸਿਆਂ ਵਿੱਚ ਵੰਡਣਾ, ਦੋ ਹਿੱਸਿਆਂ ਵਿੱਚ ਵੰਡਣ ਦਾ ਕਾਰਨ ਇਹ ਹੈ, ਦੋ ਚੀਜ਼ਾਂ ਨੇ, ਇੱਕ ਖਾਸ ਅਤੇ ਇੱਕ ਆਮ। ਧਰਮ ਆਮ ਬੰਦੇ ਦੀ ਵੀ ਜ਼ਰੂਰਤ ਹੈ। ਆਮ ਬੰਦੇ ਦਾ ਮਤਲਬ ਹੈ ਜਿਹੜਾ ਇੰਨੀ ਹਿੰਮਤ ਨਹੀਂ ਰੱਖਦਾ ਵੀ ਗੁਰੂ ਨੂੰ ਸਿਰ ਪੂਰੀ ਤਰ੍ਹਾਂ ਸੌਂਪਦਾ, ਉਹਦੀ ਵੀ ਲੋੜ ਹੈ। ਕੀ ਉਹ ਕਮਾ ਸਕਦਾ? ਉਹਨੂੰ ਕੋਈ ਫਾਇਦਾ ਹੈ? ਉਹਨੂੰ ਇੱਕ ਲਾਭ ਹੈ, ਇੱਕ ਫਾਇਦਾ ਹੈ ਉਸ ਨੂੰ। ਉਹ ਕਿਹੜਾ ਫਾਇਦਾ ਹੈ? ਸਤਸੰਗਤ ਜੀ, ਜਿਹੜਾ ਬੰਦਾ ਸਿਮਰਨ ਕਰਕੇ ਉੱਚੀਆਂ ਦਸ਼ਾਵਾਂ ਵਿੱਚ ਨਹੀਂ ਗਿਆ, ਮੈਂ ਇੱਕ ਬੇਨਤੀ ਕਰਾਂ ਆਮ ਸੰਸਾਰੀ ਬੰਦੇ ਨਾਲੋਂ, ਜੇ ਉਹ ਸਧਾਰਨ ਜਿਹਾ ਧਰਮੀ ਹੈ ਫਿਰ ਵੀ ਉਹ ਕਈ ਗੁਣਾ ਵੱਧ ਲਾਹੇਵੰਦ ਹੈ। ਉਹਦਾ ਕਾਰਨ ਇਹ ਹੈ, ਇੱਕ ਤਾਂ ਉਹ ਸਵੇਰੇ ਉੱਠੇਗਾ ਸੂਰਜ ਉੱਗਣ ਤੋਂ ਪਹਿਲਾਂ, ਸਰੀਰਕ ਤੌਰ 'ਤੇ ਤੰਦਰੁਸਤੀ ਵਾਸਤੇ ਬੜਾ ਚੰਗਾ, ਮਨ ਦੀ ਸ਼ਾਂਤੀ ਵਾਸਤੇ ਬੜਾ ਚੰਗਾ, ਭਾਵੇਂ ਨਾ ਉਹਦੀ ਸਮਾਧੀ ਲੱਗੇ, ਨਾ ਧਿਆਨ ਲੱਗੇ, ਨਾ ਪ੍ਰਵਾਨ ਹੋਵੇ ਰੱਬ ਦੇ ਘਰ ਵਿੱਚ, ਨਾ ਹੋਣ ਦਰਸ਼ਨ, ਸ਼ੁਰੂਆਤ ਤਾਂ ਹੋਈ ਨਾ, ਅੰਮ੍ਰਿਤ ਵੇਲੇ ਜਾਗੇਗਾ, ਕਦੀ ਨਾ ਕਦੀ ਸ਼ੁਕਰਾਨਾ ਵੀ ਕਰੇਗਾ ਰੱਬ ਦਾ, ਅਤੇ ਉਹ ਫਿਰ ਅਕਿਰਤ ਘਣਾ ਦੀ ਕੈਟਾਗਰੀ ਵਿੱਚੋਂ ਬਾਹਰ ਨਿਕਲ ਜਾਏਗਾ। ਨਹੀਂ ਤਾਂ ਆਮ ਬੰਦਾ ਸ਼ੁਕਰਾਨਾ ਕਰਦਾ ਹੀ ਨਹੀਂ, ਫਿਰ ਉਹ ਆਪਣੇ ਜੀਵਨ ਵਿੱਚ ਥੋੜ੍ਹੇ ਜਿਹੇ ਭੈ ਵਿੱਚ ਰਹਿ ਕੇ ਜ਼ਿੰਦਗੀ ਨੂੰ ਸੰਤੁਲਨ ਵਿੱਚ ਲਿਆਏਗਾ। ਉਹਦੇ ਨਾਲ ਕੀ ਹੋਵੇਗਾ? ਸੱਚ ਬੋਲੇਗਾ, ਸੱਚੇ ਮਾਰਗ 'ਤੇ ਤੁਰੇਗਾ, ਕਿਸੇ ਦਾ ਹੱਕ ਨਹੀਂ ਖੋਏਗਾ, ਕਿਸੇ ਨਾਲ ਹੇਰਾਫੇਰੀ ਨਹੀਂ ਕਰੇਗਾ। ਜਦੋਂ ਇਹ ਕੰਮ ਹੋਣਗੇ ਤਾਂ ਇੱਕ ਚੰਗੇ ਸਮਾਜ ਦੀ ਬਣਤਰ ਬਣੇਗੀ, ਚੰਗੇ ਪਰਿਵਾਰਾਂ ਦੀ, ਚੰਗੇ ਸਮਾਜ ਦੀ ਸ਼ੁਰੂਆਤ ਹੋਵੇਗੀ। ਅਧਿਆਤਮਵਾਦ ਇਹਦੇ ਤੋਂ ਉੱਚਾ ਹੈ, ਧਿਆਨ ਦਿਓ। ਅਧਿਆਤਮਵਾਦ ਇੱਥੇ ਨਹੀਂ,
ਇਹ ਸਾਡੇ ਧਰਮੀ ਬੰਦਿਆਂ ਨੂੰ ਵੀ ਭੁਲੇਖਾ ਲੱਗ ਗਿਆ, ਉਹ ਇਹਨੂੰ ਧਰਮ ਅਧਿਆਤਮਵਾਦ ਕਹਿਣ ਲੱਗ ਪਏ ਵੀ ਇੱਕ ਬੰਦਾ ਕਿਸੇ ਦਾ ਹੱਕ ਨਹੀਂ ਖਾਂਦਾ, ਇੱਕ ਬੰਦਾ ਸੱਚ ਬੋਲਦਾ, ਇੱਕ ਬੰਦਾ ਕਿਰਤ ਕਰਦਾ ਚੰਗੀ, ਉਹ ਇਹਨੂੰ ਕਹਿੰਦੇ ਬਸ ਇਹ ਧਰਮੀ ਬਣ ਗਿਆ। ਧਰਮੀ ਨਹੀਂ ਬਣਿਆ, ਇਹ ਧਰਮ ਦਾ ਇੱਕ ਅੰਗ ਬਣਿਆ, ਹਿੱਸਾ ਥੋੜ੍ਹਾ ਜਿਹਾ। ਧਰਮ ਇਹਦੇ ਤੋਂ ਅੱਗੇ ਹੈ, ਇਹਦੇ ਤੋਂ ਉੱਚਾ ਹੈ। ਉਹ ਤਾਂ ਇੱਕ ਕਹਿ ਲਓ ਵੀ ਉਹਨੂੰ ਕਹਿ ਸਕਦੇ ਹਾਂ ਵੀ ਉਹ ਤਾਂ ਇੱਕ ਮਦ ਖਾਨਾ ਹੈ, ਮੈਂ ਖਾਨਾ ਉਹਨੂੰ ਕਹਿੰਦੇ ਨੇ। ਮੈਂ ਖਾਨਾ ਦਾ ਮਤਲਬ ਸ਼ਰਾਬ ਖਾਨਾ ਹੈ, ਮਦ ਦਾ ਅਰਥ ਹੈ ਸ਼ਰਾਬ। ਮਦ ਉਹ ਇੱਕ ਮਦ ਵਰਗਾ ਹੈ, ਉਹਦੇ ਵਿੱਚ ਇੱਕ ਖੇੜਾ ਹੈ, ਇੱਕ ਖੁਸ਼ੀ ਹੈ, ਇੱਕ ਮਸਤੀ ਹੈ, ਇੱਕ ਬੇਪਰਵਾਹੀ ਉਹਨੂੰ ਕਹਿੰਦੇ। ਤੁਸੀਂ ਬਾਣੀ ਵਿੱਚ ਪੜ੍ਹਦੇ ਜਾਓਗੇ ਨਾਨਕ ਭਗਤਾਂ ਸਦਾ ਵਿਕਾਸ। ਵਿਕਾਸ ਕਿਹਨੂੰ ਕਹਿੰਦੇ ਨੇ? ਖਿੜੇ ਰਹਿਣਾ। ਇੱਕ ਹੋਰ ਬੜੀ ਵੱਡੀ ਗੱਲ, ਕਾਰਨ ਕੋਈ ਵੀ ਨਹੀਂ ਖਿੜਨ ਦਾ, ਖੁਸ਼ ਹੋਣ ਦਾ ਕਾਰਨ ਦਿਸਦਾ ਕੋਈ ਵੀ ਨਹੀਂ ਬਾਹਰ। ਇਸ ਲਈ ਤੁਸੀਂ ਵੇਖੋਗੇ ਕਿ ਧਾਰਮਿਕ ਬੰਦਿਆਂ ਨੂੰ ਸੰਸਾਰ ਦੇ ਲੋਕਾਂ ਨੇ ਪਾਗਲ ਕਿਹਾ ਹੈ। ਪਾਗਲ ਕਿਉਂ ਕਿਹਾ? ਉਹ ਵਹਿੰਦੇ ਨੇ ਵੀ ਕੱਪੜੇ ਵੀ ਕੋਈ ਖਾਸ ਨਹੀਂ ਪਾਏ, ਉਹਦਾ ਇਹਨੂੰ ਨਹੀਂ ਮਿਲਿਆ ਕਿਸੇ ਪ੍ਰਕਾਰ ਦਾ, ਬਾਹਰੋਂ ਦਿਸਦਾ ਕੁਝ ਵੀ ਨਹੀਂ ਪਰ ਇੱਕ ਬੇਪਰਵਾਹੀ ਇਹਦੀ ਤੋਰ ਦੇ ਵਿੱਚ, ਮਸਤੀ ਹੈ ਅਤੇ ਇਹਦੇ ਚਿਹਰੇ 'ਤੇ ਖੁਸ਼ੀ ਹੈ। ਜਦੋਂ ਉਹਨਾਂ ਨੂੰ ਅੰਦਰ ਦੀ ਹਾਲਾਤ ਦਾ ਪਤਾ ਨਹੀਂ ਲੱਗਦਾ ਵੀ ਇਹਦਾ ਹੱਥ ਕਿਸੇ ਅੰਦਰਲੇ ਖਜ਼ਾਨੇ 'ਤੇ ਪੈ ਗਿਆ, ਇਹ ਕੋਈ ਨਸ਼ਾ ਪੀ ਬੈਠਾ, ਅਤੇ ਬਾਹਰਲੇ ਇੱਕੋ ਹੀ ਵਿਆਖਿਆ ਕਰ ਦਿੰਦੇ ਨੇ ਵੀ ਬੰਦਾ ਪਾਗਲ ਹੋ ਗਿਆ ਜਿਹੜਾ ਇਕੱਲਾ ਹੱਸੀ ਜਾਂਦਾ ਹੈ। ਹੋਰ ਕੀ ਹੋ ਸਕਦਾ? ਉਹਨਾਂ ਨੂੰ ਸਮਝ ਨਹੀਂ ਆਈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਵੀ ਕਿਹਾ, ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ। ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਉਹਨੂੰ ਕਹਿੰਦੇ ਨੇ ਧਰਮ। ਅੱਗੇ ਤੁਰਨ ਦਾ ਯਤਨ ਕਰਾਂ ਸਾਧ ਸੰਗਤ, ਇਕਾਗਰ ਹੋਵੋ। ਜਿਵੇਂ ਮੈਂ ਬੇਨਤੀ ਕਰ ਰਿਹਾ ਸੀ, ਕਠਿਨ ਬੜਾ ਹੈ ਸਿੱਖੀ ਮਾਰਗ। ਇੱਕ ਆਮ ਮਾਰਗ ਅਤੇ ਇੱਕ ਖਾਸ ਹੈ। ਸਾਨੂੰ ਪਹਿਲਾਂ ਆਮ ਮਾਰਗ ਚੁਣਨਾ ਚਾਹੀਦਾ। ਆਮ ਸਿੱਖੀ ਦਾ ਮਾਰਗ ਕੀ ਹੈ? ਗੁਰਦੁਆਰੇ ਆਉਣਾ, ਕੇਸ ਰੱਖਣੇ ਸਾਬਤ, ਘੱਟ ਤੋਂ ਘੱਟ ਬਾਣੀ ਪੜ੍ਹਨ ਦਾ ਯਤਨ ਕਰਨਾ, ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਦਾ ਯਤਨ ਕਰਨਾ। ਕੁਝ ਵੀ ਨਹੀਂ ਹੋ ਸਕਦਾ ਅਤੇ ਜਪਜੀ ਸਾਹਿਬ ਪੜ੍ਹਨਾ, ਸ਼ਾਮ ਨੂੰ 10 ਮਿੰਟ ਸਤਨਾਮ ਵਾਹਿਗੁਰੂ ਬੋਲ ਲੈਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, 10 ਪਾਤਸ਼ਾਹਾਂ 'ਤੇ ਭਰੋਸਾ ਕਰਨਾ, ਇਹਨੂੰ ਕਹਿੰਦੇ ਨੇ ਆਮ ਬੰਦਾ ਧਰਮੀ ਹੈ। ਇਹ ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ। ਫਿਰ ਉਹਦੇ ਵਿੱਚ ਖਾਸ ਸ਼੍ਰੇਣੀ ਸ਼ੁਰੂ ਹੁੰਦੀ ਹੈ, ਉਹ ਕੌਣ ਨੇ? ਜਿਨ੍ਹਾਂ ਨੂੰ ਗੁਰੂ ਫਿਰ ਵਿੱਚੋਂ ਚੁਣ ਲੈਂਦਾ ਵੀ ਇਹ ਬੰਦਿਆਂ ਦੇ ਵਿੱਚ ਇੰਨੀ ਹਿੰਮਤ ਹੈ ਸਿਰੇ ਨੂੰ ਪਾਰ ਕਰ ਸਕਦੇ ਨੇ, ਉਹ ਬੜੇ ਥੋੜ੍ਹੇ ਹੁੰਦੇ ਨੇ। ਉਹਨਾਂ ਵਾਸਤੇ ਸਤਿਗੁਰੂ ਨੇ ਕਿਹਾ, ਜਗ ਮੈਂ ਉੱਤਮ ਕਾਢੀਐ ਵਿਰਲੇ ਕਈ, ਕਿ ਬੜੇ ਘੱਟ ਲੋਕ ਨੇ, ਬਹੁਤ ਥੋੜ੍ਹੇ ਨੇ ਉਹ ਇਸ ਕੰਮ ਦੇ ਵਿੱਚ। ਇਸ ਕਰਕੇ ਖਾਸ ਬੰਦਿਆਂ ਦੀ ਗੱਲ ਹੈ ਅੱਜ ਦੇ ਵਿੱਚ, ਜਿਹਦੇ ਵਿੱਚ, ਕਿਉਂਕਿ ਜਿਹੜਾ ਜਿੰਨੀ ਉਚਾਈ 'ਤੇ ਜਾਏਗਾ ਉਨੀ ਥਕਾਵਟ 'ਤੇ ਉਹਨੂੰ ਹੋਵੇਗੀ ਨਾ, ਉਨਾ ਖਤਰਾ ਵੀ ਮੁੱਲ ਲੈਣਾ ਪਏਗਾ। ਇੱਕ ਬੰਦਾ 10 ਫੁੱਟ ਦੇ ਪਹਾੜ 'ਤੇ ਚੜ੍ਹਦਾ ਹੈ, ਥਕਾਵਟ ਵੀ ਘੱਟ ਹੋਵੇਗੀ ਅਤੇ ਖਤਰਾ ਵੀ ਘੱਟ ਹੈ। 10 ਫੁੱਟ ਤੋਂ ਡਿੱਗ ਵੀ ਪਿਆ ਅਤੇ ਸੱਟ ਫੇਟ ਹੀ ਲੱਗੇਗੀ, ਹੋਰ ਕੀ ਹੋਣਾ। ਹੁਣ ਵੇਖੋ ਗਿਆਨ ਕੈਸੀ ਚੀਜ਼ ਹੈ, ਉਸ ਆਦਮੀ ਨੇ ਆਉਂਦਿਆਂ ਸਾਰ ਪਕੜ ਲਿਆ ਉਸ ਚੀਜ਼ ਨੂੰ, ਉਹਦੇ ਅੰਦਰ ਉਹ ਚੀਜ਼ ਬਣੀ ਹੋਈ ਹੈ ਜਿਹੜੀ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ। ਉਸ ਨੁਕਸ ਨੂੰ ਆਉਂਦਿਆਂ ਸਾਰ ਪਕੜ ਲਿਆ। ਗੁਰੂ ਦੀ ਲੋੜ ਤਾਂ ਹੀ ਇਹ ਕੰਮ 'ਤੇ ਅਸੀਂ ਕਰ ਰਹੇ ਹਾਂ, ਗੁਰੂ ਤੋਂ ਬਿਨਾਂ ਕਰ ਰਹੇ ਹਾਂ। ਕਦੀ ਕੋਈ ਬਟਨ ਖਿੱਚ ਦਿੰਦੇ ਹਾਂ, ਕਦੀ ਕੋਈ ਖਿੱਚ ਦਿੰਦੇ, ਬਣਦਾ ਕੁਝ ਨਹੀਂ। ਤਾਂ ਹੀ ਹਜ਼ੂਰ ਨੇ ਕਿਹਾ ਗੁਰੂ ਵਾਲਾ ਬਣ ਕੇ ਧਰਮ ਕਮਾ। ਕਿਉਂ? ਉਹਦਾ ਕੀ ਕਾਰਨ ਨੇ? ਗੁਰੂ ਨੇ ਉਸੇ ਬਟਨ 'ਤੇ ਹੱਥ ਰੱਖਣਾ ਜਿਹਦੀ ਲੋੜ ਹੈ, ਆਪਾਂ ਸਾਰਿਆਂ 'ਤੇ ਰੱਖੀ ਜਾਣਾ। ਬਸ ਇਹ ਫਰਕ ਹੈ। ਕਦੀ ਕਿੱਧਰ ਬੇਵਿਸ਼ਵਾਸੀ ਹੋ ਗਈ, ਕਦੀ ਵਿਸ਼ਵਾਸ, ਕਦੀ ਕਿਤੇ ਭਰੋਸਾ ਕਰ ਲਿਆ, ਕਦੀ ਕਿਤੇ ਭਰੋਸਾ ਕਰ ਲਿਆ, ਬਸ ਫਰਕ ਇੰਨਾ ਹੀ ਹੈ। ਇਹਨੂੰ ਕਿਹਾ ਵੀ ਗੁਰੂ ਦੇ ਨੇੜੇ ਹੋ, ਸਮਝ ਆ ਜਾਏਗੀ ਜ਼ਿੰਦਗੀ ਦੀ। ਮਕਾਨ ਦੇ ਵਿੱਚ ਹਨੇਰਾ ਹੋਵੇ, ਸਾਰੀ ਕੰਧ 'ਤੇ ਹੱਥ ਮਾਰਦੇ ਰਹੋ, ਲਾਈਟ ਨਹੀਂ ਜਗੇਗੀ। ਪਰ ਜਿਹੜਾ ਘਰ ਵਾਲਾ ਨਾ, ਉਹਨੂੰ ਪਤਾ ਹੈ ਵੀ ਕਿਹੜੀ ਕੋਨੇ ਦੇ ਵਿੱਚ ਸਵਿੱਚ ਲੱਗੇ ਹੋਏ ਨੇ, ਬਟਨ ਕਿੱਥੇ ਨੇ, ਉਹ ਸਿੱਧਾ ਉੱਥੇ ਹੱਥ ਰੱਖੇਗਾ ਸਿੱਧਾ। ਬਸ ਉੱਥੇ ਹੱਥ ਰੱਖਣ ਦੀ ਦੇਰ ਹੈ,
ਸਾਰਾ ਘਰ ਪ੍ਰਕਾਸ਼ ਨਾਲ ਭਰਿਆ ਜਾਏਗਾ, ਲਾਈਟ ਦੇ ਨਾਲ। ਫਿਰ ਵਿਸ਼ੇ ਨੂੰ ਹੁਣ ਆਪਾਂ ਧਿਆਨ ਨਾਲ ਸੁਣਾਂਗੇ ਕਿ ਧਾਰਮਿਕ ਜਗਤ ਦੀਆਂ ਦੋ ਕੈਟਾਗਰੀਆਂ ਨੇ, ਇੱਕ ਹੈ ਆਮ ਸਿੱਖ, ਇੱਕ ਹੈ ਖਾਸ। ਜੇ ਤਾਂ ਆਪਾਂ ਅੰਦਰੋਂ ਇਸ ਚੀਜ਼ ਬਾਰੇ ਬਹੁਤੇ ਤਰਕ ਵਿੱਚ ਨਾ ਗਏ ਤਾਂ ਗੱਲ ਸਮਝ ਵਿੱਚ ਆ ਜਾਏਗੀ। ਆਮ ਸਿੱਖੀ ਹੈ ਸਾਡੇ ਕੋਲ, ਇੱਥੋਂ ਅਸੀਂ ਸ਼ੁਰੂ ਕਰਨਾ ਆਮ ਸਿੱਖ। ਹੁਣ ਜਿਹੜੇ ਜਿੱਥੇ ਜਾ ਕੇ ਗੁਰੂ ਸਾਹਿਬ ਨੇ ਕਿਹਾ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਉਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਗੁਰਬਾਣੀ ਵਿੱਚ ਬ੍ਰਹਮ ਗਿਆਨੀ ਕਿਹਾ ਹੈ, ਉਹਨਾਂ ਨੂੰ ਗੁਰੂ ਵਿੱਚੋਂ ਛਾਂਟਦਾ ਹੈ, ਚੁਣਦਾ ਵਿੱਚੋਂ ਵਿੱਚੋਂ, ਪਤਾ ਲੱਗ ਜਾਂਦਾ ਉਸਨੂੰ ਵੀ ਇਹਦੇ ਵਿੱਚ ਇਹ ਤਿਲਾਂ ਦੇ ਵਿੱਚ ਕਿੰਨਾ ਕੁ ਤੇਲ ਹੈ, ਇਹ ਕਿੱਥੋਂ ਕੁ ਤੱਕ ਜਾ ਸਕਦਾ ਹੈ, ਇਹਦੀ ਹਾਲਾਤ ਕੈਸੀ ਹੈ, ਇਹਦੇ ਅੰਦਰ ਕਿੰਨੀ ਕੁ। ਕਿਉਂਕਿ ਇੱਕ ਗੱਲ ਚੇਤੇ ਰੱਖਣਾ, ਇੱਕ ਚੰਗੇ ਜ਼ਿਮੀਦਾਰ ਨੂੰ ਇੱਕ ਚੰਗੀ ਜ਼ਮੀਨ ਦੀ ਲੋੜ ਹੁੰਦੀ ਹੈ, ਇੱਕ ਵੱਡੇ ਗੁਰੂ ਨੂੰ ਇੱਕ ਚੰਗੇ ਸਿੱਖ ਦੀ ਲੋੜ ਹੁੰਦੀ ਹੈ, ਤਾਂ ਉਹ ਪੂਰਾ ਕੰਮ ਕਰ ਸਕਦਾ ਉਹਦੇ 'ਤੇ, ਨਹੀਂ ਤਾਂ ਕੰਮ ਨਹੀਂ ਹੁੰਦਾ। ਡਾਕਟਰ ਦੀ ਸਿਆਣਪ ਕੀ ਕਰੇਗੀ ਜੇ ਮਰੀਜ਼ ਹੀ ਦੀਆਂ ਸਾਰੀਆਂ ਨਾੜੀਆਂ ਖਤਮ ਹੋ ਗਈਆਂ, ਡਾਕਟਰ ਕੀ ਕਰੇਗਾ, ਕਹੇਗਾ ਹੁਣ ਮੈਂ ਕੰਮ ਨਹੀਂ ਕਰ ਸਕਦਾ ਇਹਦੇ 'ਤੇ। ਆਮ ਸਿੱਖ ਦਾ ਸਾਡੇ ਵਰਗਿਆਂ ਦਾ ਮਤਲਬ ਹੈ ਵੀ ਤੂੰ ਆਪਣੇ ਗੁਰੂ ਦੇ ਮਾਰਗ 'ਤੇ ਸਰਲਤਾ ਵਿੱਚ ਤੁਰ, ਸਿੱਧੇ ਪਣ ਵਿੱਚ ਸਿੱਧੇ ਮਾਰਗ 'ਤੇ ਤੁਰੀ ਜਾ। ਜਦੋਂ ਤੇਰਾ ਗੁਰੂ ਤੈਨੂੰ ਵੇਖ ਲਏਗਾ ਨਾ ਵੀ ਇਹਦੇ ਵਿੱਚ ਯੋਗਤਾ ਹੈ, ਉਹ ਕੋਈ ਨਾ ਕੋਈ ਢੰਗ ਬਣਾ ਦੇਗਾ ਤੈਨੂੰ ਖਿੱਚਣ ਦਾ, ਵਿੱਚੋਂ ਪ੍ਰਵਾਨ ਕਰਨ ਦਾ, ਚੁਣ ਲਏਗਾ ਤੈਨੂੰ। ਫਿਰ ਉਸ ਮਾਰਗ 'ਤੇ ਜਿਹੜਾ ਮੈਂ ਵਿਸ਼ਾ ਕਹਿ ਰਿਹਾ ਸੀ, ਕਿਉਂਕਿ ਅੱਜ ਦੇ ਪ੍ਰਸੰਗ ਵਿੱਚ ਆਏਗਾ ਵੀ ਧਰਮ ਦੇ ਮਾਰਗ 'ਤੇ ਮਨੁੱਖ ਨੂੰ ਬਹੁਤ ਵੱਡੀ ਮੁਸ਼ਕਤ, ਬਹੁਤ ਵੱਡੀ ਉਥਲ ਪੁਥਲ ਦੇ ਵਿੱਚੋਂ ਗੁਜ਼ਰਨਾ ਪੈਂਦਾ, ਤਾਂ ਜਾ ਕੇ ਉਹ ਸਿਰੇ 'ਤੇ ਉਹਦਾ ਮੁੱਲ ਪੈਂਦਾ। ਅਤੇ ਮੈਂ ਇੱਕ ਗੱਲ ਕੀਤੀ ਸੀ, ਇਹਦਾ ਕਾਰਨ ਕੀ ਹੈ, ਜਦ ਕਿ ਹਰ ਇੱਕ ਮਨੁੱਖ ਖਤਰੇ ਤੋਂ ਬਚਦਾ ਅਤੇ ਔਖੇ ਕੰਮਾਂ ਨੂੰ ਤਿਆਗਦਾ ਹੈ, ਧਰਮ ਇੰਨਾ ਔਖਾ ਹੈ, ਇਹਦੇ 'ਤੇ ਸਿਰ ਧੜ ਦੀ ਬਾਜ਼ੀ ਲਾਉਣੀ ਪੈਂਦੀ ਹੈ, ਪਰ ਲੋਕਾਂ ਨੇ ਕਿਉਂ ਚੁਣਿਆ, ਅਤੇ ਹੱਸ ਕੇ ਚੁਣਿਆ ਅਤੇ ਖੁਸ਼ ਹੋ ਕੇ ਚੁਣਿਆ, ਇਤਿਹਾਸ ਤਵਾਰੀਖ ਦੱਸ ਰਿਹਾ। ਇਹਦਾ ਕਾਰਨ ਕੀ ਸੀ, ਇਹਦਾ ਕਾਰਨ ਸੀ ਵੀ ਗੁਰੂ ਦਾ ਹੁਕਮ ਮੰਨਣਾ ਉਹਨਾਂ ਵਾਸਤੇ ਬੱਧਾ ਚੱਟੀ ਨਹੀਂ ਸੀ, ਉਹਨਾਂ ਨੇ ਗੁਰੂ ਦੇ ਇਸ਼ਕ ਦੇ ਵਿੱਚ ਸਿੱਖੀ ਦੀ ਸ਼ੁਰੂਆਤ ਕੀਤੀ। ਖਿਆਲ ਰੱਖਣਾ, ਇਸ਼ਕ ਵਿੱਚ, ਪਿਆਰ ਵਿੱਚ। ਹੁਣ ਜਿੱਥੇ ਪਿਆਰ ਸ਼ੁਰੂ ਹੋ ਜਾਏਗਾ, ਜਿੱਥੇ ਪ੍ਰੇਮ ਸ਼ੁਰੂ ਹੋ ਜਾਏਗਾ, ਉੱਥੇ ਔਖੀਆਂ ਅਤੇ ਸੌਖੀਆਂ ਦੋ ਭਾਸ਼ਾਵਾਂ ਖਤਮ ਹੋ ਜਾਣਗੀਆਂ। ਸੌਖਾ ਅਤੇ ਔਖਾ ਕੁਝ ਰਹਿੰਦੇ ਨੇ, ਕਿਉਂਕਿ ਜਿੱਥੇ ਪ੍ਰੇਮ ਹੈ ਉੱਥੇ ਕੁਰਬਾਨੀ ਹੈ, ਅਤੇ ਜਿੱਥੇ ਕੁਰਬਾਨੀ ਉੱਥੇ ਡਰ ਕਾਹਦਾ, ਬੰਦਾ ਤਾਂ ਡਰਦਾ ਰਹਿੰਦਾ। ਧਰਮ ਵੀ ਬੰਦਾ ਕਮਾਉਂਦਾ ਹੈ, ਜੇ ਕੋਈ ਨੌਜਵਾਨ ਬੱਚਾ, ਕਿਉਂਕਿ ਜਵਾਨੀ ਇੱਕ ਐਸੀ ਚੀਜ਼ ਹੈ ਉਹ ਫੈਸਲਾ ਰੱਜ ਕੇ ਲੈਂਦੀ ਜਿੱਧਰ ਲੈਣਾ, ਅੱਧਾ ਪਚੱਧਾ ਨਹੀਂ। ਜਿਉਂ ਜਿਉਂ ਬੰਦਾ ਬਜ਼ੁਰਗੀ ਵਿੱਚ ਜਾਏਗਾ, ਬੁਢੇਪੇ ਵਿੱਚ ਜਾਏਗਾ, ਉਹ ਡਬਲ ਮਾਈਂਡ ਹੁੰਦਾ ਜਾਏਗਾ, ਕਹੇਗਾ ਸਾਰੇ ਪੱਖ ਰੱਖ ਲਓ, ਇਕੱਠੇ ਕਰ ਲਓ, ਫਰਕ ਇੰਨਾ ਹੀ ਹੈ। ਆਹ ਥੋੜ੍ਹਾ ਜਿਹਾ ਵਿਆਹ ਸ਼ਾਦੀ ਵਿੱਚ ਪੀ ਵੀ ਲਿਆ, ਥੋੜ੍ਹਾ ਜਿਹਾ ਇੱਧਰ ਧਰਮ ਦਾ ਕੰਮ ਵੀ ਕਰ ਲਿਆ, ਸਿਆਸੀ ਹੈ ਉਹ, ਬੁਢੇਪਾ ਸਿਆਸੀ। ਜਵਾਨੀ ਕੀ ਹੈ, ਜਵਾਨੀ ਹੈ ਇੱਕਦਮ ਫੈਸਲਾ ਕਰਨ ਵਾਲੀ, ਅਤੇ ਇੱਕ ਪਾਸੇ ਪਾਗਲਾਂ ਦੀ ਵਾਂਗ ਵਹਿਣ ਵਾਲੀ ਅਵਸਥਾ ਹੈ। ਉਹ ਜੇ ਤਾਂ ਸੰਸਾਰ ਵੱਲ ਜਾਂਦੀ ਹੈ ਤਾਂ ਰੱਜ ਕੇ, ਜੇ ਰੱਬ ਵੱਲ ਜਾਂਦੀ ਹੈ ਤਾਂ ਰੱਜ ਕੇ ਜਾਂਦੀ ਹੈ। ਇਸ ਕਰਕੇ ਆਮ ਇਹ ਸੁਣਨ ਵਿੱਚ ਆਇਆ, ਲੋਕਾਂ ਨੇ ਇਹ ਗੱਲ ਕਹੀ, ਪਹਿਲਾਂ ਤਾਂ ਕਿਹਾ ਵੀ ਤੂੰ ਗੁਰਦੁਆਰੇ ਜਾ ਆਪਣੇ ਬੱਚੇ ਨੂੰ, ਹੁਣ ਉਹ ਜਾਣ ਲੱਗ ਪਿਆ ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਕੀ ਨੇ, ਗੁਰੂ ਦਾ ਸਰੂਪ ਪਤਾ ਲੱਗਣਾ ਸ਼ੁਰੂ ਹੋ ਗਿਆ। ਔਰ ਇਹ ਸੱਚਾਈ ਹੈ, ਜਿਸ ਬੰਦੇ ਨੂੰ ਗੁਰੂ ਦਿਸ ਪਏਗਾ ਉਹ ਆਪਣੇ ਗੁਰੂ ਤੋਂ ਕੁਰਬਾਨ ਹੋਣ ਤੋਂ ਬਚੇਗਾ ਨਹੀਂ। ਇਹ ਗੁਰੂ ਇਸ ਤਰ੍ਹਾਂ ਦਾ, ਸਾਨੂੰ ਅਜੇ ਦਿਸੇ ਨਹੀਂ। ਜਿਸ ਬੰਦੇ ਨੂੰ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆ ਜਾਣਗੇ ਨਾ ਵੀ ਉਹ ਕੀ ਨੇ, 100% ਸੱਚ ਹੈ ਵੀ ਉਹ ਬੰਦਾ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹੋਣ ਤੋਂ ਝਿਜਕੇਗਾ ਨਹੀਂ, ਜ਼ਿੰਦਗੀ ਵਾਰ ਕੇ ਰੱਖ ਦੇਗਾ। ਅਜੇ ਅਸੀਂ ਬਲਾਈਂਡ ਹਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ, ਅੰਨੇ ਹਾਂ, ਬਿਲਕੁਲ ਵੇਖ ਨਹੀਂ ਸਕੇ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਅਨ ਮਤਾਂ ਦੇ ਬੰਦਿਆਂ ਨੇ ਵੇਖਿਆ। ਮੈਂ ਵਿਦੇਸ਼ ਵਿੱਚ ਵੇਖਿਆ ਧੜਾਧੜ ਅੰਗਰੇਜ਼ ਲੋਕ ਸਿੱਖੀ ਧਾਰਨ ਕਰਦੇ ਜਾ ਰਹੇ ਨੇ। ਸਮਝ ਆ ਗਈ, ਉਹ ਕਹਿੰਦੇ ਇੰਨਾ ਅਮੋਲਕ ਗਿਆਨ ਜ਼ਿੰਦਗੀ ਦਾ ਰਸਤਾ, ਇਹ ਤਾਂ ਪਸ਼ੂ ਬਣ ਕੇ ਜੀ ਰਹੇ ਸੀ, ਪਰ ਆਪਾਂ ਪਸ਼ੂ ਬਣਨ ਦੀ ਤਿਆਰੀ ਕਰ ਰਹੇ ਹਾਂ। ਉਹਨਾਂ ਨੂੰ ਪਤਾ ਲੱਗ ਗਿਆ ਵੀ ਪਸ਼ੂ ਬਣ ਕੇ ਕੁਝ ਨਹੀਂ ਮਿਲਿਆ, ਅਸੀਂ ਕਹਿੰਦੇ ਹਾਂ ਪਸ਼ੂ ਬਣੀਏ, ਹੁਣ ਯਤਨ ਕਰ ਰਹੇ ਹਾਂ। ਮਟੀਰੀਅਲ ਪਦਾਰਥ ਧਨ ਮਕਾਨ ਐਸ਼ ਇਸ਼ਰਤ, ਇਹ ਹੈ ਜ਼ਿੰਦਗੀ। ਉਹਨਾਂ ਨੇ ਵੇਖ ਲਿਆ। ਸੰਸਾਰੀ ਬੰਦਾ ਕਹਿੰਦਾ ਵੀ ਜਾਓ ਧਰਮ 'ਤੇ ਕਮਾਓ ਸਿਰਫ ਰਵਾਇਤੀ, ਅਤੇ ਜਦੋਂ ਕੋਈ ਬੱਚਾ ਤੁਰਦਾ ਮੇਰੀਆਂ ਨਜ਼ਰਾਂ ਦੇ ਵਿੱਚ ਬਿਲਕੁਲ ਕੇਸ ਕੱਟੇ ਵਾਲੇ ਨੌਜਵਾਨ 16 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਦੇਸ਼ ਵਿੱਚ ਬਹੁਤ ਮਿਲੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਦਰੋਂ ਸੁਣਿਆ, ਇੱਕਦਮ ਤਬਦੀਲ ਹੋ ਗਏ, ਸਿੱਖੀ ਧਾਰਨ ਕਰ ਲਈ। ਅੱਜ ਅੰਮ੍ਰਿਤਧਾਰੀ ਨੇ ਦੁਮਾਲੇ ਸਜਾਏ ਨੇ, ਬੜਾ ਲੰਬਾ ਨਿਤਨੇਮ ਹੈ, ਅੰਦਰ ਰੰਗ ਲੱਗਾ ਹੋਇਆ। ਪਰ ਹੋਇਆ ਕੀ, ਮੈਂ ਇੱਕ ਨੌਜਵਾਨ ਬਾਰੇ ਸੁਣਿਆ, ਮੇਰੇ ਨਾਲ ਰਿਹਾ ਬਹੁਤ ਦਿਨ, ਉਹਦੇ ਮਾਂ ਬਾਪ ਉਸ ਦੂਜੇ ਨੌਜਵਾਨ ਨੂੰ ਉਲਾਮਾ ਦੇਣ ਲਈ ਆਇਆ ਵੀ ਤੂੰ ਸਾਡੇ ਬੱਚੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ, ਸਿੱਖ ਬਣਾ ਦਿੱਤਾ। ਉਹ ਵੀ ਇੱਕ ਸੋਚ ਹੈ, ਕਿਉਂਕਿ ਜਦੋਂ ਆਦਮੀ ਕਿਸੇ ਚਿੱਕੜ ਵਿੱਚ ਬਹੁਤਾ ਚਿਰ ਰਹਿੰਦਾ ਤਾਂ ਚਿੱਕੜ ਵਿੱਚ ਉਹ ਸੁਗੰਧੀ ਆਉਣ ਲੱਗ ਪੈਂਦੀ ਹੈ। ਇਹ ਸੁੰਘਣ ਸ਼ਕਤੀ ਦਾ ਇੱਕ ਸਿਧਾਂਤ ਹੈ। ਆਦਮੀ ਜਿਸ ਅਵਸਥਾ ਵਿੱਚ ਲੰਮਾ ਚਿਰ ਰਹੇਗਾ ਉਹਨੂੰ ਉਹ ਸਵਰਗ ਲੱਗਣਾ ਸ਼ੁਰੂ ਹੋ ਜਾਏਗਾ, ਜਦਕਿ ਉਹ ਸਵਰਗ ਹੈ ਨਹੀਂ। ਉਹਦੀ ਉਸ ਅਵਸਥਾ ਨੂੰ ਤੋੜਨਾ ਬਹੁਤ ਹੀ ਕਠਿਨ ਹੈ, ਬੜਾ ਔਖਾ ਹੈ, ਉਹਦੇ ਵਿੱਚੋਂ ਉੱਠੇਗਾ ਨਹੀਂ, ਉਹ ਬੜਾ ਕਠਿਨ ਹੋ ਜਾਏਗਾ। ਇਸ ਲਈ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਵੀ ਧਰਮ ਇੰਨਾ ਕਠਿਨ ਪਰ ਸਮਝ ਨਹੀਂ ਆਉਂਦੀ। ਗੁਰੂ ਗੋਬਿੰਦ ਸਿੰਘ ਕਈ ਵਾਰੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ, ਜਿੱਦਣ ਚਮਕੌਰ ਸਾਹਿਬ ਵਿੱਚੋਂ ਨਿਕਲੇ ਨਾ ਅਤੇ ਬੜੇ ਸਿੱਖ ਜਿਹੜੇ ਚਲੇ ਵੀ ਗਏ ਸਨ ਬੇਦਾਵਾ ਲਿਖ ਕੇ, ਤਿੰਨ ਸਿੱਖ ਨਾਲ ਨਿਕਲੇ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ, ਤਿੰਨੇ। ਮੇਰੇ ਖਿਆਲ ਵਿੱਚ ਇਹਨਾਂ ਦਿਨਾਂ ਵਿੱਚ ਭਾਈ ਦਇਆ ਸਿੰਘ ਜੀ ਦੀ ਵੀ ਯਾਦ ਵਿੱਚ ਸਮਾਗਮ ਚੱਲਦੇ ਨੇ ਹਰ ਇੱਕ ਥਾਂ 'ਤੇ, ਖਾਸ ਕਰਕੇ ਔਰੰਗਾਬਾਦ ਜਿੱਥੇ ਉਹ ਜ਼ਫਰਨਾਮਾ ਲੈ ਕੇ ਔਰੰਗਜ਼ੇਬ ਨੂੰ ਮਿਲੇ ਸਨ ਔਰ ਉਹ ਪਰਤ ਕੇ ਪੜ੍ਹ ਕੇ ਉੱਠਿਆ ਨਹੀਂ ਸੀ ਆਪਣੇ ਮੰਜੇ। ਇਹ ਤਿੰਨੇ ਸਿੱਖ ਜਦੋਂ ਨਿਕਲੇ ਅਤੇ ਸਤਿਗੁਰੂ ਨੇ ਚਮਕੌਰ ਦੀ ਗੜੀ ਦੇ ਬਾਹਰ ਨਿਕਲਦਿਆਂ ਅੰਦਰ ਹੀ ਗੱਲ ਕਰ ਲਈ ਸੀ ਬਈ ਮੈਂ ਲੁੱਕ ਕੇ ਨਹੀਂ ਜਾਣਾ, ਮੈਂ ਤਾੜੀ ਵਜਾ ਕੇ ਜਾਣਾ। ਸਤਿਗੁਰੂ ਨੇ ਕੌਤਕ ਕੀਤਾ, ਚਮਕੌਰ ਦੀ ਗੜੀ ਤੋਂ ਬਾਹਰ ਨਿਕਲਦਿਆਂ ਤਾੜੀ ਮਾਰੀ ਅਤੇ ਕਹਿ ਦਿੱਤਾ ਪੀਰੇ ਹਿੰਦ ਮੇ ਰਵਦ, ਸਿੱਖਾਂ ਦਾ ਗੁਰੂ ਜਾ ਰਿਹਾ। ਖੈਰ ਉੱਥੋਂ ਨਿਕਲੇ, ਇਸ ਭੱਜ ਦੌੜ ਦੇ ਵਿੱਚ ਤਿੰਨੇ ਹੀ ਸਿੱਖ ਵਿਛੜ ਗਏ। ਗੁਰੂ ਗੋਬਿੰਦ ਸਿੰਘ ਇਕੱਲੇ ਮਾਛੀਵਾੜੇ ਵਿੱਚ ਸੁੱਤੇ ਨੇ ਅਤੇ ਤਿੰਨੇ ਸਿੱਖ ਸਾਰੀ ਰਾਤ ਲੱਭਦੇ ਲੱਭਦੇ ਕੰਡਿਆਂ ਨੂੰ ਮਿੱਧਦੇ ਝਾੜੀਆਂ ਨੂੰ ਮਿੱਧਦੇ ਗੁਰੂ ਗੋਬਿੰਦ ਸਿੰਘ ਨੂੰ ਲੱਭ ਰਹੇ ਨੇ, ਜਦਕਿ ਪਤਾ ਹੈ ਗੁਰੂ ਦੇ ਕੋਲ ਜਾਣਾ ਹੁਣ ਮੌਤ ਤੋਂ ਖਾਲੀ ਨਹੀਂ। ਸਵਾਲ ਖੜ੍ਹਾ ਹੁੰਦਾ ਕਿਹੜੀ ਕਿਹੜੀ ਖਿੱਚ ਹੈ ਜਿਹੜੀ ਮੁਸੀਬਤ ਦੇ ਕੋਲ ਜਾ ਰਹੀ, ਮੁਸੀਬਤ ਨੂੰ ਲੱਭਣ ਜਾ ਰਹੀ। ਸੰਸਾਰੀ ਭਾਸ਼ਾ ਵਿੱਚ ਕਹੀਏ, ਸਿੱਖੀ ਭਾਸ਼ਾ ਵਿੱਚ ਨਹੀਂ, ਉਹ ਮੁਸੀਬਤ ਸਿੱਖੀ ਭਾਸ਼ਾ ਵਿੱਚ ਉਹ ਮੁਕਤੀ ਹੈ, ਉਹ ਪ੍ਰੇਮ ਹੈ, ਪਰ ਜੇ ਸੰਸਾਰੀ ਭਾਸ਼ਾ ਵਿੱਚ ਕਹੀਏ ਤਾਂ ਉਹ ਮੁਸੀਬਤ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿਣਾ ਸੰਸਾਰੀ ਤੌਰ 'ਤੇ ਮੁਸੀਬਤ ਹੀ ਹੋਵੇਗੀ, ਚੌਵਾਂ ਪਾਸੇ ਘੇਰਾ ਸਰਕਾਰ ਦਾ। ਇਹ ਗੁਰੂ ਦਾ ਆਪਣਾ ਬਿਰਦ ਵੀ ਉਹ ਸਾਰੀਆਂ ਮੁਸੀਬਤਾਂ ਨੂੰ ਹਟਾ ਦਿੰਦਾ। ਜਦੋਂ ਲੱਭਦੇ ਲੱਭਦੇ ਮਾਛੀਵਾੜੇ ਦੇ ਨੇੜੇ ਆਏ ਨਾ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਉਂਗਲ ਦੇ ਉੱਤੇ, ਖੱਬੇ ਉਂਗਲ 'ਤੇ ਇੱਕ ਅੰਗੂਠੀ ਵਰਗਾ ਗੁਲ ਸ਼ਤਰਾਨ ਪਾਇਆ ਹੋਇਆ ਸੀ, ਗੁਲ ਸ਼ਤਰਾਨ ਉਹਨੂੰ ਕਹਿੰਦੇ, ਉਹ ਤਾਂ ਪਾਈਦਾ ਵੀ ਜਦੋਂ ਤੀਰ ਚਲਾਉਣਾ ਹੋਵੇ ਅਤੇ ਜਦੋਂ ਤੀਰ ਬੜੀ ਤੇਜ਼ੀ ਨਾਲ ਨਿਕਲਦਾ ਨਾ ਕਮਾਨ ਦੇ ਵਿੱਚੋਂ ਅਤੇ ਉਸ ਇਸ ਉਂਗਲ ਨਾਲੋਂ ਖਹਿ ਕੇ ਜਾਂਦਾ, ਜੇ ਉਹ ਪਾਇਆ ਨਾ ਹੋਵੇ ਤਾਂ ਉਂਗਲ ਨੂੰ ਛਿੱਲ ਦਿੰਦਾ, ਜ਼ਖਮ ਹੋ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਨੇ ਉਹ ਪਾਇਆ ਹੋਇਆ ਸੀ। ਹੁਣ ਸਾਨੂੰ ਇਹ ਭੁਲੇਖਾ ਲੱਗਾ ਵੀ ਇੱਥੇ ਮੋਹੀ ਪਿੰਡ ਦੇ ਵਿੱਚ ਬਿਲਕੁਲ ਨੇੜੇ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਲੋਹੇ ਦਾ ਕੰਮ ਕਰਨ ਵਾਲੇ ਸਿੱਖ ਦੇ ਕੋਲੋਂ ਕਹਿੰਦੇ ਆਪਣਾ ਛੱਲਾ ਕਟਵਾਇਆ ਸੀ,
ਛੱਲਾ ਨਹੀਂ ਸੀ ਉਹ ਭੁਲੇਖੇ ਨਾਲ ਲਿਖ ਦਿੱਤਾ ਜਾਂ ਹੁਣ ਅਸੀਂ ਛੱਲੇ ਪਾਉਣੇ ਨੇ ਤਾਂ ਕਰਕੇ ਸਾਨੂੰ ਲਿਖਣਾ ਪਿਆ। ਛੱਲਾ ਨਹੀਂ ਸੀ ਉਹ ਗੁਲ ਸ਼ਤਰਾਨ ਸੀ ਜਿਹਦੇ ਨਾਲ ਤੀਰ ਚਲਾਉਂਦੇ ਸਨ, ਉਹ ਚਲਾ ਚਲਾ ਕੇ ਨਾ ਉਂਗਲ ਦੇ ਵਿੱਚ ਵਿੱਜ ਗਿਆ ਸੀ, ਲਹਿੰਦਾ ਨਹੀਂ ਸੀ, ਛੱਲਾ ਨਹੀਂ ਸੀ ਉਹ। ਹੁਣ ਅਸੀਂ ਛੱਲੇ ਮੁੰਦੀਆਂ ਤੋਂ ਬਿਨਾਂ ਜੀ ਨਹੀਂ ਸਕਦੇ। ਇੱਕ ਪਾਸੇ ਆਪਾਂ ਗੁਰਬਾਣੀ ਦੀ ਗੱਲ ਕਰਨੇ ਹਾਂ, ਇੱਕ ਪਾਸੇ ਆਪਾਂ ਬੜੇ ਬੜੇ ਵੱਡੇ ਖਿਆਲ ਦਿੰਦੇ ਹਾਂ ਅਤੇ ਮੁੰਦਰੀ ਪਾਈ ਹੋਈ ਵਿੱਚ ਨਗ ਪਾਇਆ, ਕਿਉਂ ਪਾਇਆ ਜੀ, ਕਾਹਦੇ ਵਾਸਤੇ? ਬਹੁਤ ਘੱਟ ਲੋਕ ਬਚੇ ਹੋਣਗੇ ਇਸ ਅੰਧ ਵਿਸ਼ਵਾਸ ਤੋਂ, ਬੜੇ ਘੱਟ। ਉਹ ਗੁਲ ਸ਼ਤਰਾਨ ਸੀ ਜਿਹੜਾ ਇੱਕ ਲੋਹੇ ਦਾ ਕੰਮ ਕਰਨ ਵਾਲੇ ਸਿੱਖ ਨੇ ਕੱਟਿਆ ਇੱਥੇ ਮੋਹੀ ਵਿੱਚ। ਸਤਿਗੁਰਾਂ ਦਾ ਜਿਹੜੀ ਮੈਂ ਗੱਲ ਕਰ ਰਿਹਾ ਸੀ, ਤਿੰਨ ਸਿੱਖ ਆਪਣੇ ਗੁਰੂ ਨੂੰ ਲੱਭ ਰਹੇ ਨੇ। ਕਿਸ ਹਾਲਤ ਵਿੱਚ ਗੁਰੂ ਇਕੱਲਾ ਰਹਿ ਗਿਆ? ਗੁਰੂ ਦੇ ਕੋਲ ਘੋੜਾ ਵੀ ਨਹੀਂ, ਗੁਰੂ ਦੇ ਕੋਲ ਕੋਈ ਫੌਜ ਵੀ ਨਹੀਂ, ਸਾਰਾ ਦੇਸ਼ ਚੱਪਾ ਚੱਪਾ ਬਾਦਸ਼ਾਹੀ ਫੌਜਾਂ ਨਾਲ ਭਰਿਆ ਅਤੇ ਕਿਤੇ ਵੀ ਮੁਕਾਬਲਾ ਹੋ ਸਕਦਾ ਅਤੇ ਹਜ਼ਾਰਾਂ ਲੱਖਾਂ ਬੰਦਿਆਂ ਦਾ ਇੱਕ ਸਰੀਰ ਮੁਕਾਬਲਾ ਕਿਵੇਂ ਕਰੇਗਾ, ਇਹ ਵੀ ਪਤਾ ਹੈ। ਪਰ ਉਹ ਤਿੰਨੇ ਸਿੱਖ ਕਿਸ ਕਾਰਨ ਕਰਕੇ ਉਸ ਗੁਰੂ ਨੂੰ ਫਿਰ ਲੱਭਦੇ ਫਿਰਦੇ ਨੇ? ਉਹ ਕੋਈ ਬੱਧਾ ਚੱਟੀ ਨਹੀਂ ਸੀ, ਉਹ ਗੁਰੂ ਦਾ ਮੋਹ ਸੀ, ਉਹ ਗੁਰੂ ਦਾ ਇਸ਼ਕ ਸੀ। ਮੈਂ ਗੱਲ ਕਰ ਰਿਹਾ ਸੀ, ਸਿੱਖੀ ਭਾਵੇਂ ਕਠਿਨ ਨੇ ਪਰ ਸਿੱਖ ਚੁਣਦਾ ਕਿਉਂ ਹੈ? ਜਦੋਂ ਕਿਸੇ ਚੀਜ਼ ਦੇ ਪ੍ਰਤੀ ਪ੍ਰੇਮ ਅਤੇ ਮੋਹ ਅਤੇ ਇਸ਼ਕ ਪੈਦਾ ਹੋ ਜਾਵੇ ਉੱਥੇ ਚੀਜ਼ਾਂ ਔਖੀਆਂ ਨਹੀਂ ਰਹਿੰਦੀਆਂ, ਉੱਥੇ ਤਾਂ ਉਬਲਦੀਆਂ ਹੋਈਆਂ ਦੇਗਾਂ ਦੇ ਵਿੱਚ ਬਰਫਾਂ ਜੰਮਦੀਆਂ ਨੇ, ਉੱਥੇ ਤਾਂ ਚੱਲਦੇ ਹੋਏ ਆਰਿਆਂ ਦੇ ਵਿੱਚੋਂ ਸੁਗੰਧੀ ਆਉਂਦੀ ਭਾਈ ਮਤੀ ਦਾਸ ਜੀ ਨੂੰ। ਉਹ ਇਸ਼ਕ ਅਤੇ ਪ੍ਰੇਮ ਦਾ ਰਸਤਾ ਹੈ। ਜਿੰਨਾ ਚਿਰ ਮਾਇੰਡ ਵਿੱਚ, ਬੁੱਧੀ ਦੇ ਵਿੱਚ ਸੰਸਾਰ ਦੀ ਸਮੱਸਿਆ ਬਣੀ ਰਹੇਗੀ ਉਹਨਾਂ ਚਿਰ ਧਰਮ ਕਠਿਨ ਰਹੇਗਾ। ਜਿੱਦਣ ਇਹ ਅੰਦਰੋਂ ਨਿਕਲ ਗਈ, ਧਰਮ ਕੋਈ ਵੀ ਕਠਿਨ ਨਹੀਂ, ਕੋਈ ਔਖਾ ਨਹੀਂ ਹੈ। ਔਖਾ ਉਹਨਾਂ ਚਿਰ ਉਹਨਾਂ ਨੇ ਸਿੱਖਾਂ ਨੇ ਵੇਖਿਆ ਵੀ ਇੱਕ ਚੀਜ਼ ਚਮਕਦੀ ਹੈ, ਉਹ ਜਿਹੜਾ ਗੁਲ ਸ਼ਤਰਾਨ ਕਲਗੀਧਰ ਪਾਤਸ਼ਾਹ ਨੇ ਪਾਇਆ ਸੀ ਉਹਦੇ ਵਿੱਚ ਇੱਕ ਹੀਰਾ ਲੱਗਾ ਹੋਇਆ ਸੀ ਅਤੇ ਹੀਰਾ ਦੂਰੋਂ ਚਮਕਦਾ ਸੀ, ਚਮਕ ਪਈ, ਉੱਥੇ ਤਿੰਨੇ ਆ ਗਏ, ਸਤਿਗੁਰੂ ਆਰਾਮ ਕਰ ਰਹੇ ਨੇ। ਅਤੇ ਜਿਸ ਵੇਲੇ ਆ ਕੇ ਨੇੜੇ ਸੋਚਿਆ ਵੀ ਹੁਣ ਕਿਵੇਂ ਕਰੀਏ, ਭਾਈ ਦਇਆ ਸਿੰਘ ਹੋਰਾਂ ਨੇ ਪੈਰਾਂ ਵਾਲੇ ਪਾਸੇ ਬਹਿ ਕੇ ਥੋੜ੍ਹਾ ਜਿਹਾ ਲੱਤਾਂ ਨੂੰ ਪੈਰਾਂ ਨੂੰ ਹੱਥ ਲਾਇਆ, ਝਰੀਟਾਂ ਪਈਆਂ ਸਨ ਪੈਰਾਂ 'ਤੇ, ਸੋਝ ਆ ਚੁੱਕੀ ਸੀ, ਸਤਿਗੁਰੂ ਜਾਗ ਪਏ। ਜਦੋਂ ਸਾਹਮਣੇ ਵੇਖਿਆ ਵੀ ਉਹ ਤਿੰਨੇ ਮੁਰੀਦ, ਤਿੰਨੇ ਪਿਆਰੇ ਸਾਹਮਣੇ ਬੈਠੇ ਨੇ ਅਤੇ ਹਜ਼ੂਰ ਦੀ ਖੁਸ਼ੀ ਕਿੰਨੀ ਕੁ ਹੋਵੇਗੀ ਉਹਨਾਂ ਤਿੰਨ ਸਰੀਰਾਂ ਦੇ ਉੱਤੇ। ਸਤਿਗੁਰੂ ਕਹਿੰਦੇ ਕਿ ਸਿੱਖੋ, ਕਿਸ ਕਾਰਨ ਕਰਕੇ ਤੁਸੀਂ ਮੈਨੂੰ ਇਸ ਮੁਸੀਬਤ ਵਿੱਚ ਵੀ ਲੱਭ ਰਹੇ ਹੋ? ਇਸ ਦੁਨੀਆ ਦਾ ਦਸਤੂਰ ਤਾਂ ਇਹ ਹੈ ਵੀ ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੈ। ਪਰ ਤੁਸੀਂ ਕਿਹੜੀ ਵਿਆਖਿਆ ਕਰ ਦਿੱਤੀ? ਮੇਰੇ ਕੋਲੋਂ ਕੀ ਲੈਣ ਆਇਓ? ਕਾਹਦੇ ਤੋਂ ਆਏ ਮੇਰੇ ਕੋਲ? ਮੈਂ ਤਾਂ ਘੇਰਿਆ ਹੋਇਆ ਚੌਵਾਂ ਪਾਸਿਓਂ। ਭਾਈ ਦਇਆ ਸਿੰਘ ਨੇ ਕਿਹਾ ਸੀ, ਮਹਾਰਾਜ ਤੁਹਾਡਾ ਪ੍ਰੇਮ, ਤੁਹਾਡੇ ਚਰਨਾਂ ਦੀ ਪ੍ਰੀਤ, ਤੁਹਾਡਾ ਮੋਹ ਇੰਨਾ ਮਿੱਠਾ ਹੈ ਕਿ ਜੇ ਕਿਸੇ ਵੀ ਥਾਂ 'ਤੇ ਤੁਹਾਡੇ ਨਾਲ ਕਿਸੇ ਵੀ ਹਾਲਤ ਵਿੱਚ ਰਹਿਣਾ ਪੈ ਜਾਏ ਸਾਨੂੰ ਬਿਲਕੁਲ ਔਖਾ ਨਹੀਂ ਲੱਗਦਾ। ਬਸ ਸਾਨੂੰ ਔਖਾ ਉਦੋਂ ਹੀ ਲੱਗਦਾ ਜਦੋਂ ਤੁਸੀਂ ਦੂਰ ਹੁੰਦੇ ਹੋ, ਜਦੋਂ ਤੁਸੀਂ ਨੇੜੇ ਹੁੰਦੇ ਹੋ ਕੁਝ ਵੀ ਹੋ ਜਾਏ ਔਖਾ ਹੈ ਹੀ ਕੁਝ ਨਹੀਂ। ਤਾਂ ਹੀ ਭਗਤ ਜੀ ਨੇ ਬਚਨ ਕੀਤੇ ਨਾ, ਜਿਹਦੇ ਵਿੱਚ ਉਹ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ। ਆਹ ਦੋ ਚੀਜ਼ਾਂ ਨੇ, ਕਰਵਤ ਦਾ ਅਰਥ ਹੈ ਆਰਾ, ਕਰਵਟ ਦਾ ਅਰਥ ਹੈ ਮੂੰਹ ਫੇਰ ਲੈਣਾ। ਜਿਸ ਮਨੁੱਖ ਨੇ ਸਿੱਖੀ ਨੂੰ ਚੁਣ ਲਿਆ, ਧਰਮ ਨੂੰ ਚੁਣ ਲਿਆ, ਉਹਦੇ ਵਾਸਤੇ ਆਰਾ ਤੇ ਮਿਲ ਜਾਏ ਤੇ ਉਹ ਕੋਈ ਦੁਖਦਾਈ ਨਹੀਂ। ਪਰ ਜਦੋਂ ਉਹਦਾ ਮਨ ਗੁਰੂ ਨਾਲੋਂ ਟੁੱਟੇ ਤੇ ਉਹ ਕਹਿੰਦਾ ਹੁਣ ਆਰਾ ਚੱਲਿਆ, ਕਰ ਵੱਤ ਭਲਾ, ਆਰਾ ਚੰਗਾ ਹੈ ਮੈਨੂੰ, ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮੈਂ ਉਦੋਂ ਮਰਨਾ, ਉਦੋਂ ਦੁੱਖ ਲੱਗਦਾ ਮੈਨੂੰ ਜਦੋਂ ਤੂੰ ਪਾਸਾ ਮੋੜ ਲੈਂਦਾ।
ਹੋਰ ਕੋਈ ਦੁੱਖ ਹੈ ਹੀ ਨਹੀਂ ਦੁਨੀਆਂ ਦੇ ਵਿੱਚ, ਭਾਵੇਂ ਉਹਨੂੰ ਕਿਸੇ ਥਾਂ 'ਤੇ ਸਿੱਟ ਦਿਓ। ਭਾਈ ਗੁਰਦਾਸ ਜੀ ਦੇ ਅੱਗੇ ਕਵਿਤ ਆਉਣਗੇ, ਉਹ ਕਹਿੰਦੇ ਨੇ ਇੱਕ ਰੱਬ ਦੇ ਪਿਆਰੇ ਨੂੰ ਡੂੰਘੇ ਸਮੁੰਦਰ ਵਿੱਚ ਸਿੱਟ ਦਿਓ, ਉੱਚੇ ਪਹਾੜ ਤੋਂ ਸਿੱਟ ਦਿਓ, ਅੱਗ ਵਿੱਚ ਸਿੱਟ ਦਿਓ, ਸੂਲੀ 'ਤੇ ਚੜ੍ਹਾ ਦਿਓ, ਜੋ ਮਰਜ਼ੀ ਕਰ ਦਿਓ, ਸਾਰੀਆਂ ਚੀਜ਼ਾਂ ਨੂੰ ਖੁਸ਼ੀ ਨਾਲ ਪ੍ਰਵਾਨ ਕਰ ਲਏਗਾ। ਪਰ ਉਹਦੀ ਜ਼ਿੰਦਗੀ ਦਾ ਦੁੱਖ ਉਦੋਂ ਸ਼ੁਰੂ ਹੁੰਦਾ ਜਦੋਂ ਉਹਦੀ ਅੰਦਰੋਂ ਪ੍ਰੀਤ ਟੁੱਟ ਜਾਏ। ਜਿਸ ਕੰਮ ਦੇ ਵਿੱਚ ਪ੍ਰੀਤ, ਪ੍ਰੇਮ ਅਤੇ ਪਿਆਰ ਸ਼ਿਖਰ 'ਤੇ ਚੜ੍ਹਨ ਲੱਗਦਾ, ਉੱਥੇ ਕੋਈ ਵੀ ਕੰਮ ਔਖਾ ਨਹੀਂ ਲੱਗਦਾ। ਅਤੇ ਜਿੱਥੇ ਪ੍ਰੇਮ ਨਹੀਂ ਨਾ ਹੁੰਦਾ, ਉੱਥੇ ਤਾਂ ਸਾਧ ਸੰਗਤ ਜੀ ਗੁਰੂ ਵੱਲੋਂ ਆ ਠੀਕ ਹੈ, ਅਸੀਂ ਇਹ ਜ਼ਰੂਰ ਕਹਿ ਦਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਇਆ, ਸੁਣ ਲਈਏ, ਬੋਰਡ 'ਤੇ ਪੜ੍ਹ ਕੇ ਆਵਾਂਗੇ, ਉੱਥੇ ਵੀ ਮੱਥਾ ਟੇਕਾਂਗੇ, ਇੱਥੇ ਵੀ ਸਾਰਾ ਕੁਝ ਚੰਗਾ ਹੈ। ਪਰ ਜਦੋਂ ਕੋਈ ਕਹੇ ਨਾ ਸਿੱਖੀ ਧਾਰਨ ਕਰੋਗੇ, ਬਸ ਫਿਰ ਕੰਨ ਦੇ ਵਿੱਚ ਉਂਗਲ ਜੀ ਪਾ ਕੇ ਹਿਲਾਈ ਜਾਵਾਂਗੇ, ਕੀ ਹੋ ਗਿਆ, ਬੜਾ ਔਖਾ ਫੈਸਲਾ ਲੈਣਾ, ਸਿੱਖੀ ਧਾਰਨ ਕਰਨੀ, ਕੇਸ ਰੱਖਣੇ, ਵਿਚਾਰਾਂਗੇ, ਸੋਚਾਂਗੇ, ਕਰਾਂਗੇ, ਵੇਖਾਂਗੇ। ਨਸ਼ਾ ਛੱਡਣਾ ਬੜਾ ਔਖਾ ਹੈ, ਹਾਲਾਂਕਿ ਬਾਹਰਲੀਆਂ ਚੀਜ਼ਾਂ ਨੇ ਸਾਰੀਆਂ, ਇਹ ਚੀਜ਼ਾਂ ਪ੍ਰਵਾਨ ਕਰ ਲਓਗੇ, ਕਹਿੰਦੇ ਨਹੀਂ ਵਿਚਾਰਾਂਗੇ, ਵੇਖਾਂਗੇ, ਕੀ ਕਾਰਨ ਹੈ, ਪ੍ਰੇਮ ਕੋਈ ਨਹੀਂ ਹੈ। ਮੈਨੂੰ ਕਿਸੇ ਸਿੱਖ ਨੇ ਕਿਹਾ ਸੀ, ਕੇਸ ਰੱਖਣੇ ਜ਼ਰੂਰੀ ਨੇ ਕਿ ਨਹੀਂ, ਕਹਿੰਦੇ ਵੈਸੇ ਮੈਂ ਗੁਰੂ ਗੋਬਿੰਦ ਸਿੰਘ ਨਾਲ ਬੜਾ ਮੋਹ ਕਰਨਾ, ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਸਿੱਖ। ਮੈਂ ਕਿਹਾ ਤੂੰ ਧਿਆਨ ਨਾਲ ਮੇਰੀ ਗੱਲ ਸੁਣ, ਤੇਰਾ ਸਵਾਲ ਬਿਲਕੁਲ ਗਲਤ ਹੈ, ਇਹ ਸਵਾਲ ਹੀ ਨਹੀਂ ਤੇਰਾ, ਤੂੰ ਝੂਠ ਬੋਲ ਰਿਹਾ, ਤੇਰਾ ਗੁਰੂ ਨਾਲ ਮੋਹ ਹੈ। ਮੈਨੂੰ ਇਹ ਦੱਸ, ਜਿਹੜੀ ਪਤਨੀ ਨੂੰ ਆਪਣੇ ਪਤੀ ਦੇ ਕੱਪੜੇ ਹੀ ਨਹੀਂ ਚੰਗੇ ਲੱਗਦੇ, ਉਹ ਪਤੀ ਨਾਲ ਮੋਹ ਕਾਹਦਾ ਕਰਦੀ ਹੈ? ਜਿਸ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਦਾ ਸਰੂਪ ਹੀ ਚੰਗਾ ਨਹੀਂ ਲੱਗਦਾ, ਉਹ ਪ੍ਰੇਮ ਸਵਾਹ ਕਰਦਾ ਗੁਰੂ ਦੇ ਨਾਲ, ਕਾਹਦਾ ਪ੍ਰੇਮ ਹੈ? ਇਹ ਨਿਸ਼ਾਨੀ ਹੈ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਬਿਲਕੁਲ ਪਿਆਰ ਨਹੀਂ ਕਰਦਾ। ਪਿਆਰ ਇਹਦੇ ਨਾਲ ਨਹੀਂ ਹੁੰਦਾ ਵੀ ਆਪਣੇ ਡਰਾਇੰਗ ਰੂਮ ਵਿੱਚ ਤੂੰ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਾਈ ਹੋਵੇ। ਪਿਆਰ ਉਹ ਹੁੰਦਾ ਹੈ, ਤੂੰ ਗੁਰੂ ਗੋਬਿੰਦ ਸਿੰਘ ਵਰਗਾ ਬਣਨ ਦਾ ਯਤਨ ਕਰੇ, ਬਾਹਰੋਂ ਅਤੇ ਅੰਦਰੋਂ ਦੋਵਾਂ ਪਾਸਿਓਂ। ਮੈਂ ਇਕੱਲੀ ਬਾਹਰ ਦੀ ਗੱਲ ਨਹੀਂ ਕਰ ਰਿਹਾ, ਪਰ ਬਾਹਰੋਂ ਸ਼ੁਰੂ ਹੁੰਦਾ, ਆਰੰਭਤਾ ਹੁੰਦੀ ਹੈ, ਕਿਤੋਂ ਤਾਂ ਸ਼ੁਰੂ ਤਾਂ ਕਰਨਾ ਪਏਗਾ ਨਾ। ਤਾਂ ਇੱਕ ਗੱਲ ਪ੍ਰਤੱਖ ਹੈ, ਧਰਮ ਔਖਾ ਤਾਂ ਹੈ, ਅੰਦਰ ਧਰਮ ਦੇ ਪ੍ਰਤੀ ਸਾਡਾ ਪ੍ਰੇਮ ਨਹੀਂ। ਸਿੱਖੀ ਕਠਿਨ ਤਾਂ ਲੱਗਦੀ ਹੈ ਕਿਉਂਕਿ ਸਿੱਖੀ ਦੇ ਪ੍ਰਤੀ ਸਾਡਾ ਪ੍ਰੇਮ ਨਹੀਂ। ਅਸੀਂ ਅਜੇ ਚੀਜ਼ਾਂ ਨੂੰ ਤੋੜ ਰਹੇ ਹਾਂ, ਬੁੱਧੀ ਦੇ ਤਲ 'ਤੇ ਹਾਂ, ਬੌਧਿਕ ਤਲ 'ਤੇ ਬੁੱਧੀ ਜੀਵੀ ਹਾਂ ਅਸੀਂ। ਜਦਕਿ ਉਸ ਮਾਰਗ 'ਤੇ ਵਿਅਕਤੀ ਉਦੋਂ ਜਾਂਦਾ, ਪਹਿਲਾਂ ਤਾਂ ਉਹਦੀ ਬੁੱਧੀ ਜੀਵੇ ਅਤੇ ਫਿਰ ਜੀ ਕੇ ਮਰ ਜਾਏ, ਦੋ ਸ਼ਬਦ ਨੇ। ਬੁੱਧੀਜੀਵੀ ਮਾੜਾ ਨਹੀਂ, ਬੁੱਧੀਜੀਵੀ ਵਰਗ ਹੈ ਸਾਡੇ ਵਿੱਚ। ਅਜੇ ਆਪਾਂ ਬੁੱਧੀਜੀਵੀ ਵੀ ਨਹੀਂ ਬਣੇ, ਅਜੇ ਆਪਾਂ ਬੁੱਧੀਜੀਵੀ ਬਣਨਾ ਹੈ। ਬੁੱਧੀਜੀਵੀ ਦਾ ਮਤਲਬ ਚੀਜ਼ਾਂ ਨੂੰ ਸਮਝਣਾ, ਚੀਜ਼ਾਂ ਨੂੰ ਤੋਲਣਾ, ਚੀਜ਼ਾਂ ਨੂੰ ਅਸੀਂ ਵੇਖਣਾ ਵੀ ਜ਼ਿੰਦਗੀ ਕੀ ਹੈ, ਫਿਰ ਪਤਾ ਲੱਗੇਗਾ। ਉਹਨੂੰ ਕਹਿੰਦੇ ਨੇ ਵੀ ਹੁਣ ਸਾਡੀ ਬੁੱਧੀ ਜਿਉਂ ਪਈ, ਹੁਣ ਅਸੀਂ ਬੁੱਧੀਜੀਵੀ ਬਣ ਪਏ। ਪਰ ਜਦੋਂ ਬੁੱਧੀਜੀਵੀ ਬਣ ਗਏ ਨਾ, ਚੰਗੀ ਤਰ੍ਹਾਂ ਹਿਸਾਬ ਕਿਤਾਬ ਲਾ ਲਿਆ, ਵੇਖ ਲਿਆ ਵੀ ਜ਼ਿੰਦਗੀ ਕੀ ਹੈ, ਆਪਾਂ ਗਲਤ ਜਾ ਰਹੇ ਸੀ, ਉਦੋਂ ਫਿਰ ਇੱਕ ਹੋਰ ਕੰਮ ਕਰਨਾ। ਉਸ ਵੇਲੇ ਹਜ਼ੂਰ ਕਹਿੰਦੇ, ਹੁਣ ਇਹ ਤੇਰੀ ਬੁੱਧੀ ਮਰ ਜਾਣੀ ਚਾਹੀਦੀ ਹੈ ਅਤੇ ਗੁਰੂ ਵਾਲੀ ਬੁੱਧੀ ਜਿਉਣੀ ਚਾਹੀਦੀ ਤੇਰੇ ਅੰਦਰ, ਹੁਣ ਦੂਜਾ ਰਸਤਾ ਹੈ। ਇਸ ਮਾਰਗ 'ਤੇ ਤੁਰਦੇ ਨੇ, ਇਸ ਕਰਕੇ ਕਠਿਨ ਅੱਜ ਦਾ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਉਦਾਹਰਨ ਦਿੱਤੀ ਗਈ ਹੈ, ਇੱਕ ਬ੍ਰਹਮ ਗਿਆਨੀ ਦੇ ਜੀਵਨ ਦੀ, ਉਹ ਕਿਵੇਂ ਬਣਿਆ ਔਰ ਉਹਨੂੰ ਉਹਦੇ ਵਿੱਚੋਂ ਕੀ ਸਵਾਦ ਆਇਆ। ਮੈਂ ਇਹ ਵਿਸ਼ਾ ਤਾਂ ਪਹਿਲਾਂ ਲਿਆ ਸੀ ਕਿਉਂਕਿ ਜਦੋਂ ਤੁਸੀਂ ਸੁਣੋਗੇ ਨਾ, ਇੰਝ ਲੱਗਣ ਲੱਗ ਪਏਗਾ ਵੀ ਇੰਨੇ ਔਖੇ ਕੰਮ ਵਿੱਚ ਕਾਹਦੇ ਲਈ ਫਸਣਾ ਹੋਇਆ। ਉਹ ਮੈਂ ਪਹਿਲਾਂ ਸਪਸ਼ਟ ਕਰ ਚੁੱਕਾ, ਜਦੋਂ ਪ੍ਰੇਮ ਜਾਗ ਪੈਂਦਾ ਤਾਂ ਕੰਮ ਔਖਾ ਰਹਿੰਦਾ ਹੀ ਨਹੀਂ। ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕੱਪੜਾ ਇੱਕ ਬੰਦੇ ਦੀ ਇੱਜ਼ਤ ਢੱਕਦਾ, ਉਹਦੀ ਨਗਨਤਾ ਨੂੰ ਢੱਕਦਾ, ਉਹਦੀ ਸ਼ਰਮ ਨੂੰ ਢੱਕਦਾ। ਪਰ ਭਾਈ ਸਾਹਿਬ ਕਹਿੰਦੇ, ਉਸ ਕੱਪੜੇ ਦਾ ਇਤਿਹਾਸ ਵੇਖੀਏ ਵੀ ਕੱਪੜਾ ਬਣਿਆ ਕਿਵੇਂ ਹੈ। ਉਹਨੇ ਠੀਕ ਹੈ ਬੰਦੇ ਦੀ ਨਗਨਤਾ ਨੂੰ ਢੱਕਿਆ, ਨੰਗੇਜ ਨੂੰ ਢੱਕਿਆ, ਪਰ ਬਣਿਆ ਕਿਵੇਂ,
ਇੱਥੇ ਇਸ਼ਾਰਾ ਕਰ ਰਹੇ ਨੇ ਗੁਰਮੁਖ ਦੇ ਜੀਵਨ ਵੱਲ, ਇਸ਼ਾਰਾ ਕਰ ਰਹੇ ਨੇ ਇੱਕ ਗੁਰਮੁਖ ਵੱਲ, ਬ੍ਰਹਮ ਗਿਆਨੀ ਵੱਲ, ਉਹ ਬਣਿਆ ਕਿਵੇਂ ਹੈ, ਕਿਸ ਢੰਗ ਨਾਲ ਉਹ ਤਿਆਰ ਕੀਤਾ ਗਿਆ, ਉਹਨੇ ਕਿਹੜੀਆਂ ਕਿਹੜੀਆਂ ਕੰਡੀਸ਼ਨਾਂ, ਕਿਹੜੀਆਂ ਕਿਹੜੀਆਂ ਕਲਾਸਿਸ ਪਾਰ ਕੀਤੀਆਂ ਨੇ ਤਾਂ ਉਹਨੇ ਕਿਸੇ ਦਾ ਪਰਦਾ ਟੱਕਿਆ। ਔਰ ਇੱਥੇ ਸ਼ਬਦ ਵਰਤੇ ਜਾ ਰਹੇ ਨੇ, ਸੱਚ ਹੈ ਇਸ ਧਰਤੀ 'ਤੇ ਸਿਰਫ ਜਿਹਦੇ ਮਨ ਦੇ ਵਿੱਚ ਰੱਬ ਦੀ ਯਾਦ ਪੱਕੀ ਹੋ ਗਈ, ਸਿਰਫ ਉਹ ਹੀ ਬੰਦਾ ਦੂਜਿਆਂ ਦੇ ਪਰਦੇ ਢੱਕਣ ਦਾ ਯਤਨ ਕਰੇਗਾ। ਉਹਦੇ ਤੋਂ ਪਹਿਲਾਂ ਬੰਦਾ ਯਤਨ ਕਰਦਾ ਰਹਿੰਦਾ ਦੂਜੇ ਦਾ ਪਰਦਾ ਕਿਵੇਂ ਲਵੇ, ਇਹ ਵੀ ਉਹਦਾ ਹਿੱਸਾ ਹੀ। ਜੇ ਕਿਸੇ ਬੰਦੇ ਦਾ ਪਰਦਾ ਲਹਿੰਦਾ ਹੈ ਤਾਂ ਸਾਨੂੰ ਸਵਾਦ ਆਵੇ ਉਹਦੇ ਵਿੱਚੋਂ, ਧਿਆਨ ਦੇਣਾ, ਇਹ ਪਰਦਾ ਲਾਉਣ ਜਿੰਨਾ ਅਪਰਾਧ ਹੈ। ਇੱਕ ਬੰਦੇ ਦੀ ਬੇਇੱਜ਼ਤੀ ਹੁੰਦੀ ਸਾਨੂੰ ਸਵਾਦ ਆਵੇ, ਸਾਨੂੰ ਆਨੰਦ ਆਵੇ, ਇਹ ਰੋਗ ਹੈ ਮਨ ਦਾ। ਇਸ ਕਰਕੇ ਭਾਈ ਗੁਰਦਾਸ ਜੀ ਇੱਥੋਂ ਸ਼ੁਰੂ ਕਰਦੇ ਨੇ, ਜਿਵੇਂ ਕਹਿੰਦੇ ਕੱਪੜਾ ਸਾਰੇ ਜਗਤ ਦਾ ਨੰਗੇਜ ਢੱਕਦਾ ਹੈ, ਇਸੇ ਤਰ੍ਹਾਂ ਇੱਕ ਬ੍ਰਹਮ ਗਿਆਨੀ, ਇੱਕ ਸੰਤ, ਇੱਕ ਗੁਰਮੁਖ, ਉਹਦੀ ਜ਼ਿੰਦਗੀ ਦਾ ਇੱਕੋ ਹੀ ਪ੍ਰਯੋਜਨ ਹੋ ਜਾਂਦਾ ਹੈ, ਵੱਧ ਤੋਂ ਵੱਧ ਲੋਕਾਂ ਦੇ ਜੀਵਨ ਦਾ ਪਰਦਾ ਢੱਕਿਆ ਜਾਏ। ਆ ਬਾਣੀ ਵਿੱਚ ਸ਼ਬਦ ਆਉਂਦੇ ਨੇ ਜਿਹਦੇ ਵਿੱਚ ਹਜ਼ੂਰ ਕਹਿੰਦੇ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹ ਪਾਪੀ ਪਰਦਾ। ਪਰਦਾ ਤਾਂ ਗੁਰੂ ਨੇ ਢੱਕਿਆ, ਪਰ ਪਿੱਛੇ ਪੰਕਤੀ ਬੜੀ ਪਿਆਰੀ ਆਈ ਹੈ, ਸੰਤਨ ਕਾ ਸਦਕਾ। ਸਦਕਾ ਦਾ ਅਰਥ ਉਹਨਾਂ ਕਰਕੇ ਉਹਨਾਂ ਨੇ ਕਿਹਾ ਵੀ ਢੱਕ ਦਿਓ ਇਹਦਾ ਪਰਦਾ। ਬਹੁਤ ਵੱਡਾ ਫਰਕ ਵਿੱਚ ਆ ਗਏ, ਉਹਨਾਂ ਨੇ ਸਿਫਾਰਿਸ਼ ਕਰ ਦਿੱਤੀ ਵੀ ਢੱਕ ਦਿਓ ਇਹਦਾ ਪਰਦਾ, ਸੰਤਨ ਕਾ ਸਦਕਾ। ਪਰਦਾ ਕਿਵੇਂ ਢੱਕਿਆ? ਉਹਨਾਂ ਦੇ ਜੀਵਨ ਨੇ ਸੱਚਾਈ ਤਾਂ ਇਹ ਹੈ, ਸਤਿਗੁਰੂ ਕਹਿੰਦੇ ਨੇ ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਈ ਛੋੜ। ਰੱਬ ਦੇ ਪਿਆਰੇ ਇੱਕ ਐਸੀ ਸ਼ਖਸੀਅਤ ਹੁੰਦੇ ਨੇ, ਸੰਸਾਰ ਦੇ ਲੋਕ ਤਾਂ ਜਿਉਂਦਿਆਂ ਹੀ ਪਰਦਾ ਢੱਕਣਾ ਛੱਡ ਦਿੰਦੇ ਨੇ, ਅਤੇ ਰੱਬ ਦੇ ਪਿਆਰਿਆਂ ਵਿੱਚ ਇੰਨੀ ਚੜ੍ਹਦੀ ਕਲਾ ਹੁੰਦੀ ਹੈ, ਤਾਂ ਹੀ ਤਾਂ ਰੁੱਖ ਨਾਲ ਤਰਜੀਹ ਦਿੱਤੀ, ਉਹ ਜਾਣ ਤੋਂ ਬਾਅਦ ਵੀ ਲੋਕਾਂ ਦਾ ਪਰਦਾ ਢੱਕਦੇ ਰਹਿੰਦੇ ਨੇ ਇਸ ਧਰਤੀ 'ਤੇ ਜਾਣ ਤੋਂ ਬਾਅਦ ਵੀ। ਇਸ ਕਰਕੇ ਭਾਈ ਗੁਰਦਾਸ ਜੀ ਉਦਾਹਰਣਾਂ ਦੇ ਰਹੇ ਨੇ, ਕਹਿੰਦੇ ਹੋਏ ਬੜੇਵਾਂ ਜੱਗ ਵਿੱਚ ਬੀਜੇ ਤਨ ਖੇਹ ਨਾਲ ਰਲਾਇਆ। ਬੜੇਵਾਂ ਕਪਾਹ ਦਾ ਬੀਜ, ਉਹਨੂੰ ਬੜੇਵਾਂ ਕਹਿੰਦੇ ਨੇ। ਹੋਏ ਬੜੇਵਾਂ ਜੱਗ ਵਿੱਚ, ਇਹ ਸ਼ਬਦ ਜਿਹੜਾ ਨਾ ਬੜੇਵਾਂ, ਇਹ ਹੁਣ ਉਹਨਾਂ ਨੂੰ ਪਤਾ ਹੋਵੇਗਾ ਜਿਹੜੇ ਕੋਈ ਖੇਤਾਂ ਵਿੱਚ ਫਸਲ ਵਿੱਚ ਗੇੜਾ ਮਾਰਦੇ ਰਹੇ ਨੇ। ਕਪਾਹ ਤਾਂ ਤੁਸੀਂ ਸੁਣੀ ਹੋਵੇਗੀ, ਨਰਮਾ ਤੁਸੀਂ ਸੁਣਿਆ ਹੋਣਾ। ਇਸ ਕਰਕੇ ਭਾਈ ਗੁਰਦਾਸ ਜੀ ਇੱਕ ਐਸੀ ਸ਼ਖਸੀਅਤ ਦਾ ਅੱਜ ਉਦਾਹਰਣ ਦੇ ਰਹੇ ਨੇ ਵੀ ਜਿਹੜੀ ਸਾਧ ਸੰਗਤ ਜੀ ਇੱਕ ਕੱਪੜੇ ਵਰਗੀ ਹੈ। ਕੱਪੜੇ ਦਾ ਉਦਾਹਰਣ ਤਾਂ ਦਿੱਤਾ ਕਿਉਂਕਿ ਉਹ ਦੂਜਿਆਂ ਦਾ ਪਰਦਾ ਕੱਜਦੀ ਹੈ, ਧਿਆਨ ਦੇਣਾ। ਕਹਿੰਦੇ ਉਹ ਕੱਪੜੇ ਨੂੰ ਅਸੀਂ ਅੱਜ ਤੇ ਕਹਿ ਦਿੱਤਾ ਵੀ ਉਹਨੇ ਕਿਸੇ ਦਾ ਪਰਦਾ ਢੱਕਿਆ, ਪਰ ਤੁਸੀਂ ਵੇਖੋ ਉਹਦੀ ਸ਼ੁਰੂਆਤ ਕਿੱਥੋਂ ਹੋਈ। ਤਵੱਜੋ ਦਿਓ, ਧਿਆਨ ਇਕਾਗਰ ਕਰੋ, ਸ਼ੁਰੂਆਤ ਕਿੱਥੋਂ ਹੋਈ? ਕਪਾਹ ਦੇ ਬੀਜ ਤੋਂ ਭਾਈ ਗੁਰਦਾਸ ਜੀ ਗੱਲ ਸ਼ੁਰੂ ਕਰਦੇ, ਕਹਿੰਦੇ ਕਪਾਹ ਦਾ ਜਿਹੜਾ ਬੀਜ ਹੈ ਨਾ, ਉਹਨੂੰ ਬੜੇਵਾਂ ਕਹਿੰਦੇ ਨੇ। ਉਹ ਇੱਕ ਜ਼ਿਮੀਂਦਾਰ ਨੇ ਦੁਕਾਨ ਤੋਂ ਖਰੀਦਿਆ, ਖੇਤ ਵਾਹਿਆ ਪਹਿਲਾਂ, ਉਹਦੇ ਵਿੱਚ ਵੜੇਵਿਆਂ ਦਾ ਬੀਜ, ਜਿਹੜਾ ਕਪਾਹ ਦਾ ਬੀਜ ਬੀਜ ਦਿੱਤਾ। ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ, ਉਹਦੇ ਸਰੀਰ ਨੂੰ ਖੇਹੇ ਨਾਲ ਰਲਾਇਆ, ਮਿੱਟੀ ਦੇ ਵਿੱਚ ਬੀਜ ਦਿੱਤਾ, ਰਲਾ ਦਿੱਤਾ, ਉਹਦੇ ਵਿੱਚ ਉਹ ਵੜੇਵਾਂ ਗਲ ਗਿਆ। ਇਹਦਾ ਮਤਲਬ ਇਹ ਹੈ ਵੀ ਜਿਹੜਾ ਬ੍ਰਹਮ ਗਿਆਨੀ ਬਣਦਾ ਹੈ ਨਾ, ਸਭ ਤੋਂ ਪਹਿਲਾਂ ਉਹ ਆਪਣਾ ਆਪ ਗੁਰੂ ਕੇ ਸ਼ਬਦ ਦੀ ਧਰਤੀ ਵਿੱਚ ਗਾਲ ਦਿੰਦਾ, ਖਤਮ ਕਰ ਦਿੰਦਾ। ਇਸੇ ਵਾਰ ਵਿੱਚ ਆਪਾਂ ਪਿੱਛੇ ਵੇਖ ਕੇ ਆਇਆ ਕਿ ਗੁਰੂ ਹੈ ਗੋਰ ਅਤੇ ਸਿੱਖ ਹੈ ਉਹਦੇ ਵਿੱਚ ਪਿਆ ਹੋਇਆ, ਮੁਰਦੇ ਦਾ ਦ੍ਰਿਸ਼ਟਾਂਤ ਦਿੱਤਾ ਹੈ ਬਈ ਕਬਰ ਜਿਹੜੀ ਉਹਨੂੰ ਮੁਰਦੇ ਨੂੰ ਖਾ ਜਾਂਦੀ, ਆਪਣੇ ਵਰਗਾ ਕਰ ਲੈਂਦੀ ਹੈ। ਇਸ ਤਰ੍ਹਾਂ ਵੜੇਵਾਂ ਖਤਮ ਹੋ ਗਿਆ, ਬੀਜ ਖਤਮ ਹੋਇਆ, ਉਹਦਾ ਕੀ ਬਣਿਆ? ਕਹਿੰਦੇ ਬੂਟੀ ਹੋਏ ਕਪਾਹ ਦੀ, ਟਿੰਡੇ ਹੱਸ ਹੱਸ ਆਪ ਖਿੜਾਇਆ।
ਉਹਦੇ ਵਿੱਚੋਂ ਬੜਾ ਸੋਹਣਾ ਬੂਟਾ ਨਿਕਲਿਆ, ਕਪਾਹ ਦਾ ਬੂਟਾ ਉੱਗ ਪਿਆ, ਹਰੇ ਪੱਤੇ ਨਿਕਲੇ। ਉਹਨੂੰ ਇੱਕ ਟਿੰਡਾ ਲੱਗ ਗਿਆ ਛੋਟਾ ਜਿਹਾ। ਕੱਪੜਾ ਕਿਵੇਂ ਬਣਿਆ ਇਹ ਉਦਾਹਰਣ ਦੇ ਰਹੇ ਨੇ। ਟਿੰਡਾ ਸਮਾਂ ਪਾ ਕੇ ਨਾ ਪਾਟ ਗਿਆ ਵਿੱਚੋਂ, ਖਿੜ ਪਿਆ। ਇੱਥੋਂ ਮਿਹਨਤ ਸ਼ੁਰੂ ਹੋ ਗਈ। ਯਾਨੀ ਕਿ ਭਾਈ ਗੁਰਦਾਸ ਜੀ ਕਹਿ ਰਹੇ ਨੇ, ਉੱਚੀ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਕਿਹੜੀ ਕਲਾਸ 'ਚ ਕਿਹੜੀਆਂ ਥਾਵਾਂ ਵਿੱਚੋਂ ਲੰਘਣਾ ਪੈਂਦਾ ਬੰਦੇ ਨੂੰ। ਟਿੰਡਾ ਬਣ ਗਿਆ, ਹੱਸ ਹੱਸ ਆਪ ਖਿੜਾਇਆ, ਕਪਾਹ ਖਿੜ ਗਈ। ਤੁਸੀਂ ਆਮ ਤੌਰ 'ਤੇ ਖਿੜੀ ਹੋਈ ਕਪਾਹ ਵੇਖੀ ਹੋਣੀ ਹੈ, ਨਰਮਾ ਉਸ ਨੂੰ ਅੱਜ ਕੱਲ੍ਹ ਕਹਿੰਦੇ। ਕਹਿੰਦੇ ਜਦੋਂ ਕਪਾਹ ਖਿੜ ਗਈ ਨਾ, ਉਸ ਕਪਾਹ ਨੂੰ ਚੁਗਿਆ ਗਿਆ, ਇਕੱਠਾ ਕਰ ਲਿਆ। ਇਕੱਠਾ ਕਰਕੇ ਉਹਦੀਆਂ ਪੰਡਾਂ ਬੰਨ੍ਹ ਕੇ ਉਹਨੂੰ ਲੈ ਗਏ ਉਸ ਥਾਂ 'ਤੇ ਜਿੱਥੇ ਕਪਾਹ ਨੂੰ ਰੂੰ ਨੂੰ ਪਿੰਜਿਆ ਜਾਂਦਾ। ਉੱਥੇ ਇੱਕ ਚੀਜ਼ ਵਿੱਚ ਪਾ ਕੇ ਕਹਿੰਦੇ, ਦੋਹੂੰ ਮਿਲ ਵੇਲਣ ਵੇਲਿਆ, ਲੂੰ ਲੂੰ ਕਰ ਕਰ ਤੁੰਬ ਤੁੰਬਾਇਆ। ਉਹਦੇ ਵਿੱਚ ਪਾ ਕੇ ਨਾ, ਉਹ ਰੂੰ ਪਿੰਜਣ ਵਾਲੇ ਨੇ ਉਸ ਮਸ਼ੀਨ ਵਿੱਚ ਪਾਇਆ, ਤੁੰਬਾ ਤੁੰਬਾ ਕਰ ਦਿੱਤਾ, ਉਡਾ ਦਿੱਤਾ ਬੜੀ ਤੇਜ਼। ਉਹਦੀ ਇੱਕ ਇੱਕ ਤਾਰ ਕੱਢ ਦਿੱਤੀ ਅਤੇ ਵਿੱਚੋਂ ਉਹਦੇ ਬੀਜ ਵੱਖਰੇ ਕਰ ਦਿੱਤੇ ਅਤੇ ਰੂੰ ਵੱਖਰਾ ਕਰ ਦਿੱਤਾ। ਕਿੰਨੀ ਮਾਰ ਪਈ ਉਸ ਵੜੇਵੇਂ ਨੂੰ। ਪਹਿਲਾਂ ਆਪ ਗਲਿਆ, ਫਿਰ ਟਿੰਡਾ ਬਣ ਕੇ ਪਾਟਿਆ, ਫਿਰ ਕਿਸੇ ਨੇ ਚੁਗ ਕੇ ਮਸ਼ੀਨ ਵਿੱਚ ਪਾਇਆ। ਮਸ਼ੀਨ ਨੇ ਉਹਨੂੰ ਇੰਨੀ ਹਾਲਾਤ ਵਿੱਚੋਂ ਲੰਘਾਇਆ ਵੀ ਉਹਦਾ ਇੱਕ ਇੱਕ ਲੂੰ ਕਰ ਦਿੱਤਾ। ਇਹ ਸਿੱਖੀ ਦੀ ਪਰਿਭਾਸ਼ਾ ਕਹਿ ਰਹੇ ਨੇ। ਕਹਿੰਦੇ ਪਿੰਜਣ ਪਿੰਜ ਉਡਾਇਆ, ਧੂੰ ਬਣਾ ਦਿੱਤਾ ਉਹਦਾ। ਆ ਜਦੋਂ ਰੂੰ ਪਿੰਜਿਆ ਜਾਂਦਾ ਨਾ, ਤਾਂ ਬੜਾ ਪੋਲਾ ਢੇਰ ਲੱਗ ਜਾਂਦੇ ਨੇ ਇਹਦੇ। ਇੱਕ ਇੱਕ ਸਰੂਪ ਹੀ ਉਹਦਾ ਸਾਰਾ ਬਦਲ ਗਿਆ। ਕਹਿੰਦੇ ਪਿੰਜਣ ਪਿੰਜ ਉਡਾਇਆ, ਕਰ ਕਰ ਗੋੜੀ, ਫਿਰ ਉਹਦੀਆਂ ਗੋੜੀਆਂ ਬਣਾ ਕੇ ਸੂਤ ਕਤਾਇਆ, ਉਹਦਾ ਸੂਤਰ ਬਣਾਇਆ ਚਰਖੇ 'ਤੇ ਚੜਾ ਕੇ। ਕਿੰਨੀ ਮਿਹਨਤ ਵਿੱਚੋਂ ਲੰਘਿਆ। ਇਹਦਾ ਮਤਲਬ ਉਹ ਖਾਸ ਸ਼ਖਸੀਅਤ ਇਸ ਤਰ੍ਹਾਂ ਤਿਆਰ ਹੁੰਦੀ ਹੈ। ਮੈਂ ਪਹਿਲੇ ਵਿਸ਼ੇ ਵਿੱਚ ਤਾਂ ਇਹ ਕਹਿ ਚੁੱਕਾ, ਕਿਉਂਕਿ ਅੱਜ ਕੱਲ੍ਹ ਤਾਂ ਬੰਦੇ ਦਾ ਮਨ ਹੀ ਇੰਨਾ ਕਮਜ਼ੋਰ ਹੈ, ਜੇ ਧਰਮ ਦੀ ਸਾਰੀ ਵਿਆਖਿਆ ਉਹਦੇ ਅੱਗੇ ਕਰ ਦਿਓ ਤਾਂ ਵੈਸੇ ਹੀ ਕੰਮ ਜਾਂਦਾ ਵੀ ਇਸ ਕੰਮ ਵਿੱਚ ਪੈਣੇ ਕਾਹਦੇ ਲਈ। ਜੇ ਇਸ ਧੂੰਬ ਇਹਦੇ ਵਾਲਾ ਵੜੇਵੇਂ ਵਾਲਾ ਹਾਲ ਹੋਣਾ ਤਾਂ ਕੀ ਲੋੜ ਹੈ, ਕੋਈ ਸੌਖਾ ਜਿਹਾ ਕੰਮ ਲੱਭੋ। ਅਤੇ ਆਹ ਜਿਹੜੇ ਪੰਜਾਬ ਦੀ ਧਰਤੀ 'ਤੇ ਜਿਹੜੇ ਬਹੁਤੇ ਡੇਰੇ ਖੁੱਲ੍ਹੇ ਨੇ ਨਾ, ਸੌਖਾ ਧਰਮ ਰੱਬ ਨੂੰ ਕਹਿੰਦੇ ਵਿਖਾ ਦਿਆਂਗੇ, ਉਹ ਤਾਂ ਹੀ ਖੁੱਲ੍ਹੇ ਵੀ ਲੋਕ ਸੌਖਾ ਜਿਹਾ ਗੁਰੂ, ਪੋਲਾ ਜਿਹਾ ਗੁਰੂ ਲੱਭਦੇ ਫਿਰਦੇ ਵੀ ਜਲਦੀ ਮਿਲ ਜਾਏ। ਉਹ ਫਿਰ ਜਿਹੜਾ ਪੋਲਾ ਜਿਹਾ ਕੰਮ ਹੈ ਉਹ ਉਹਦੇ ਵਿੱਚੋਂ ਮਿਲਦਾ ਵੀ ਉਹਨਾਂ ਕੋਈ। ਇੱਥੇ ਭਾਈ ਸਾਹਿਬ ਕਹਿ ਰਹੇ ਵੀ ਸਤਿਗੁਰੂ ਨੇ ਸਿੱਖੀ ਨੂੰ ਦੋ ਕੈਟਾਗਰੀ 'ਚ ਵੰਡ ਦਿੱਤਾ। ਇੱਕ ਆਮ ਸੰਗਤ ਜਿੱਥੇ ਅਸੀਂ ਆ ਰਹੇ ਹਾਂ, ਪਰ ਉਹ ਬੜੇ ਥੋੜ੍ਹੇ ਲੋਕ ਨੇ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਉਹਨਾਂ ਨੂੰ ਆਪ ਅਕਾਲ ਪੁਰਖ ਚੁਣ ਲੈਂਦਾ, ਚੁਣ ਕੇ ਬਣਾਉਂਦਾ। ਕਹਿੰਦੇ ਇਸ ਤਰ੍ਹਾਂ ਸੂਤਰ ਬਣ ਗਿਆ। ਕਹਿੰਦੇ ਤਣ ਉਣ ਖੁੰਬ ਚੜ੍ਹਾਏ ਕਹਿ, ਫਿਰ ਉਹਨੂੰ ਨਾ ਖੁੰਬ 'ਤੇ ਚੜ੍ਹਾ ਕੇ, ਖੱਡੀ 'ਤੇ ਚੜ੍ਹਾ ਕੇ ਉਹਦਾ ਥਾਨ ਬਣ ਗਿਆ, ਕੱਪੜਾ ਬਣ ਗਿਆ। ਹੁਣ ਇੱਥੋਂ ਤੱਕ ਕੱਪੜਾ ਬਣਿਆ, ਧਿਆਨ ਦੇਣਾ, ਕੱਪੜਾ ਤਾਂ ਬਣ ਗਿਆ। ਪਰ ਭਾਈ ਗੁਰਦਾਸ ਜੀ ਕਹਿੰਦੇ ਫਿਰ ਪਤਾ ਕੀ ਹੋਇਆ, ਉਹ ਕੱਪੜਾ ਇੰਨੀ ਮਿਹਨਤ ਵਿੱਚੋਂ ਲੰਘਦਾ ਹੋਇਆ, ਪਹਿਲਾਂ ਕਪਾਹ ਸੀ, ਫਿਰ ਪਿੰਜਿਆ ਗਿਆ, ਫਿਰ ਸੂਤਰ ਬਣਿਆ, ਫਿਰ ਉਹ ਗੋੜੀਆਂ ਬਣਾਇਆ ਗਿਆ, ਅਤੇ ਜਦੋਂ ਕੱਪੜਾ ਬਣ ਗਿਆ ਨਾ, ਉਹਨੂੰ ਥੋੜ੍ਹੀ ਜਿਹੀ ਮੈਲ ਲੱਗ ਗਈ, ਮੈਲਾ ਹੋ ਗਿਆ। ਹੁਣ ਦੁਕਾਨ ਵਾਲੇ ਨੂੰ ਦੇਣਾ ਸੀ, ਮੈਲਾ ਨਹੀਂ ਚੱਲਦਾ। ਇਹ ਵੀ ਹੁੰਦਾ ਹੈ, ਧਰਮ ਦੀ ਮੁਸ਼ਕਤ ਕਰਦਿਆਂ ਕਰਦਿਆਂ ਵੀ ਨਾ ਥੋੜ੍ਹਾ ਜਿਹੀ ਮੈਲ ਜ਼ਰੂਰ ਪੈ ਜਾਂਦੀ। ਸੂਖਸ਼ਮ ਹਉਮੈ ਉਹਨੂੰ ਕਹਿੰਦੇ, ਲੇਸ ਮਾਤਰ ਅਵਿਦਿਆ, ਉਹ ਜ਼ਰੂਰ ਪੈਂਦੀ। ਇਹ ਕੋਈ ਬਹੁਤੀ ਇਹ ਨਹੀਂ ਕਿ ਬੰਦੇ ਦਾ ਗੁਨਾਹ ਹੈ, ਕਿਉਂਕਿ ਜਿਹੜਾ ਕੰਮ ਕਰਦਾ ਨਾ ਉਹਦੀ ਪ੍ਰਵਿਰਤੀ ਅੰਦਰ ਥਾਂ ਬਣਾ ਲੈਂਦੀ, ਉਹ ਜੁੜ ਜਾਂਦੀ। ਕਹਿੰਦੇ ਜਦੋਂ ਕੱਪੜਾ ਤਿਆਰ ਹੋ ਗਿਆ, ਦੇ ਦੁੱਖ ਧੁਆਏ, ਉਹਨੂੰ ਫਿਰ ਧੁਆਉਣ ਵਾਲਿਆਂ ਨੂੰ ਦਿੱਤਾ। ਧੋਬੀ ਲੈ ਕੇ ਗਿਆ ਨਹਿਰ ਦੇ ਕਿਨਾਰੇ 'ਤੇ, ਉੱਥੇ ਪੱਥਰ ਸੀ, ਉਹਨੇ ਪਾਣੀ ਵਿੱਚ ਭਿਉਂ ਕੇ ਨਾ ਘੁਮਾ ਘੁਮਾ ਕੇ ਪਟਕਾ ਪਟਕਾ ਕੇ ਮਾਰਿਆ ਪੱਥਰ 'ਤੇ, ਮੈਲ ਕੱਢਣੀ ਸੀ। ਇਹ ਹੈ ਸਿੱਖੀ ਦੀ ਜਿਹੜੀ ਉੱਚੀ ਅਵਸਥਾ ਹੈ ਨਾ। ਸਾਧ ਸੰਗਤ ਜੀ ਮਨ 'ਤੇ ਹੁਣ ਲਾਲਚੀ ਹੋ ਅਤੇ ਕਹਿੰਦਾ ਵੀ ਇਹ ਮੇਰੇ ਕੋਲ ਵੀ ਹੋਵੇ ਸਾਰਾ ਕੁਝ, ਕਿਹੜਾ ਜਾਂ ਕਾ ਕਹਿਆ ਦਰਗਾਹ ਚੱਲੈ, ਮੈਂ ਇੱਧਰੋਂ ਕਹਾਂ ਅਤੇ ਉੱਧਰੋਂ ਹੋ ਜਾਏ।
ਪਰ ਪਤਾ ਉਹ ਸ਼ਖਸੀਅਤ ਬਣਨ ਵਾਸਤੇ ਇਹ ਕੱਪੜੇ ਦਾ ਉਦਾਹਰਣ ਭਾਈ ਗੁਰਦਾਸ ਜੀ ਤਾਂ ਦੇ ਰਹੇ ਨੇ, ਕਹਿੰਦੇ ਖਿੱਚ ਖਿੱਚ ਕੇ ਪੱਥਰ 'ਤੇ ਮਾਰਿਆ। ਇਸ ਲਈ ਕਦੀ ਕਦੀ ਇਸ ਧਰਮ ਦੇ ਮਾਰਗ 'ਤੇ ਇਸ ਤਰ੍ਹਾਂ ਵਾਪਰ ਜਾਂਦਾ, ਰੱਬ ਵੀ ਚੰਗੀ ਤਰ੍ਹਾਂ ਕੱਪੜੇ ਵਾਂਗੂ ਨਿਚੋੜ ਕੇ ਵਹਿੰਦਾ ਵੀ ਹੁਣ ਵਿੱਚ ਕੁਝ ਰਿਹਾ ਤਾਂ ਨਹੀਂ ਕਿਤੇ ਕੱਲ੍ਹ ਨੂੰ ਫਿਰ ਖਰਾਬ ਕਰੇਗਾ। ਇਹ ਇਸ ਤਰ੍ਹਾਂ ਦੀ ਅਵਸਥਾ ਹੈ। ਕਹਿੰਦੇ ਦੇ ਦੁੱਖ ਧੁਆਏ, ਧੁਆ ਲਿਆ ਅਤੇ ਫਿਰ ਰੰਗਾਇਆ, ਫਿਰ ਰੰਗ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲ ਉਬਾਲ ਕੇ ਮਜੀਠ ਦੇ ਰੰਗ ਵਿੱਚ ਰੰਗਿਆ, ਕੈਂਚੀ ਕੱਟਣ ਕੱਟਿਆ, ਦੁਕਾਨ 'ਤੇ ਗਿਆ, ਦੁਕਾਨ ਤੋਂ ਫਿਰ ਗ੍ਰਾਹਕ ਨੇ ਖਰੀਦਿਆ, ਗ੍ਰਾਹਕ ਦੇ ਕੋਲੋਂ ਫਿਰ ਸਾਧ ਸੰਗਤ ਜੀ ਉਹ ਕੱਪੜੇ ਸਿਉਣ ਵਾਲੇ ਕੋਲ ਆ ਗਿਆ। ਕਿਵੇਂ ਬਣਿਆ ਇੱਕ ਕਮੀਜ਼, ਕਿਵੇਂ ਬਣਿਆ ਇੱਕ ਜਾਮਾ? ਕਹਿੰਦੇ ਉਸ ਦਰਜੀ ਨੇ ਕੈਂਚੀ ਕੱਟਣ ਕੱਟਿਆ, ਕੈਂਚੀ ਦੇ ਨਾਲ ਉਸ ਕੱਪੜੇ ਦੇ ਫਿਰ ਛੋਟੇ ਛੋਟੇ ਟੁਕੜੇ ਕਰਨੇ ਸ਼ੁਰੂ ਕਰ ਦਿੱਤੇ। ਟੁਕੜੇ ਕੀਤੇ, ਸੂਈ ਧਾਗੇ ਜੋੜ ਸਵਾਇਆ ਅਤੇ ਉਸ ਸੂਈ ਨੇ, ਉਸ ਧਾਗੇ ਨੇ ਉਸ ਕੱਪੜੇ ਦੀ ਹਿੱਕ 'ਤੇ ਸੈਂਕੜੇ ਨਹੀਂ ਹਜ਼ਾਰਾਂ ਛੇਕ ਕੱਢੇ ਉਸ ਕੱਪੜੇ ਦੇ ਉੱਤੇ। ਜਾਮਾ ਕਿਵੇਂ ਤਿਆਰ ਹੋਇਆ, ਬ੍ਰਹਮ ਗਿਆਨੀ ਕਿਵੇਂ ਤਿਆਰ ਹੁੰਦਾ, ਸੌਖੀ ਗੱਲ ਨਹੀਂ ਹੈ। ਉਹਦੇ ਵਿੱਚ ਸੈਂਕੜੇ ਹਜ਼ਾਰਾਂ ਛੇਕ ਕੱਢ ਦਿੱਤੇ ਅਤੇ ਵਿੱਚੋਂ ਦੀ ਧਾਗਾ ਰੱਖ ਕੇ ਪਰੋ ਦਿੱਤਾ ਤਾਂ ਉਸ ਕੱਪੜੇ ਵਿੱਚ ਯੋਗਤਾ ਆਈ ਕਿ ਉਹ ਆਪਣਾ ਆਪ ਗਵਾ ਕੇ ਕਿਸੇ ਹੋਰ ਦਾ ਪਰਦਾ ਕੱਢ ਸਕਦਾ। ਲੱਜਣ ਕੱਜਣ ਹੋਏ ਕਜਾਇਆ, ਕਹਿੰਦੇ ਫਿਰ ਉਹਨੇ ਕਿਸੇ ਦੀ ਲਾਜ ਨੂੰ ਢੱਕਿਆ, ਕਿਸੇ ਦੇ ਜੀਵਨ ਦੀ ਇੱਜ਼ਤ ਨੂੰ ਢੱਕ ਲਿਆ। ਕਹਿਣ ਤੋਂ ਮੁਰਾਦ ਇਹ ਹੈ ਕਿ ਜਦੋਂ ਕੋਈ ਸ਼ਖਸੀਅਤ, ਜਦੋਂ ਕੋਈ ਰੱਬ ਦਾ ਪਿਆਰਾ, ਇਹ ਸਾਰੀ ਕਾਰ ਅਤੇ ਸਾਰਾ ਕਾਰਜ ਗੁਰੂ ਸਿਰ 'ਤੇ ਹੱਥ ਰੱਖ ਕੇ ਕਰਾਉਂਦਾ, ਜਦੋਂ ਉਹ ਇਹ ਸਭ ਕੁਝ ਕਰ ਲੈਂਦਾ ਅਤੇ ਉਹਦੇ ਵਿੱਚ ਜਿਹੜਾ ਆ ਦੋ ਚੀਜ਼ਾਂ ਨੇ ਨਾ, ਸਵੈ ਅਰਥ ਜੀਵਨ ਅਤੇ ਸੇਵਾ ਅਰਥ ਜੀਵਨ, ਸਵੈ ਅਰਥ ਜੀਵਨ ਸਮਾਪਤ ਹੋ ਜਾਂਦਾ। ਤੁਸੀਂ ਆਮ ਤੌਰ 'ਤੇ ਵੇਖੋਗੇ ਰੱਬ ਦੇ ਪਿਆਰੇ ਆਪਣੇ ਜੀਵਨ ਵਿੱਚ ਦੂਜਿਆਂ ਵਾਸਤੇ ਕੁਝ ਸਹਿੰਦੇ ਨੇ, ਦੂਜਿਆਂ ਵਾਸਤੇ ਬਹੁਤ ਕੁਝ ਸਹਿੰਦੇ, ਬਾਹਰੋਂ ਲੱਗਦਾ ਵੀ ਦੁੱਖ ਵਿੱਚ ਨੇ। ਇਹ ਕਈਆਂ ਵੱਲ ਤੁਸੀਂ ਵੇਖੋਗੇ, ਮਹਾਂਪੁਰਸ਼ ਬਾਬਾ ਸੁੱਚਾ ਸਿੰਘ ਜੀ, ਉਹਨਾਂ ਦੇ ਜੀਵਨ ਵਿੱਚ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਉਹਨਾਂ ਦਾ ਫਿਰ ਇੱਕ ਪ੍ਰਯੋਜਨ ਅਤੇ ਮਿਸ਼ਨ ਹੋ ਜਾਂਦਾ ਬਈ ਹੁਣ ਇਸ ਥਾਲੀ ਵਿੱਚੋਂ ਜੋ ਕੁਝ ਖਾਣਾ ਸੀ ਖਾ ਲਿਆ, ਚਲੋ ਦੂਜਿਆਂ ਵਾਸਤੇ ਲਾ ਦਈਏ ਇਸ ਨੂੰ ਲੇਖੇ ਵਿੱਚ। ਸਾਨੂੰ ਲੱਗਦਾ ਵੀ ਦੁੱਖ ਹੈ, ਉੱਥੇ ਕੋਈ ਦੁੱਖ ਨਹੀਂ, ਕਿਉਂਕਿ ਉਹ ਜੀਵਨ ਦੀ ਚੌਥੀ ਅਵਸਥਾ ਵਿੱਚ ਚਲੇ ਜਾਂਦੇ, ਸਰੀਰ 'ਤੇ ਪਹਿਲੀ ਵਿੱਚ, ਦੂਜੀ ਵਿੱਚ ਮਨ, ਤੀਜੀ ਵਿੱਚ ਬੁੱਧੀ, ਚੌਥੀ ਵਿੱਚ ਆਤਮਾ, ਉਹਦੇ ਤੋਂ ਵੀ ਅੱਗੇ ਨਿਕਲ ਜਾਂਦੇ। ਇਸ ਕਰਕੇ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਇਹ ਪਰਉਪਕਾਰ ਹੈ, ਪਰ ਇਸ ਸਾਰੇ ਕੁਝ ਦੇ ਵਿੱਚੋਂ ਉਹ ਕਿਉਂ ਲੰਘੇ? ਮੈਂ ਉਦਾਹਰਨ ਤਾਂ ਦਿੱਤੀ ਸੀ, ਗੁਰੂ ਗੋਬਿੰਦ ਸਿੰਘ ਪੁੱਛਦੇ ਨੇ ਭਾਈ ਦਇਆ ਸਿੰਘ, ਅੱਜ ਮੈਂ ਤਾਂ ਚੌਵਾਂ ਪਾਸਿਓਂ ਘੇਰਿਆ ਹੋਇਆ ਮਾਛੀਵਾੜੇ ਵਿੱਚ, ਤੁਸੀਂ ਵਿਛੜ ਵੀ ਗਏ ਸੀ, ਮੈਨੂੰ ਲੱਭਦੇ ਹੋਏ ਇੱਥੇ ਕਿਉਂ ਆਏ ਹੋ? ਅਤੇ ਭਾਈ ਦਇਆ ਸਿੰਘ ਕਹਿੰਦੇ, ਮਹਾਰਾਜ ਇਹ ਤੁਹਾਡਾ ਇਸ਼ਕ ਅਤੇ ਪਿਆਰ ਸਾਨੂੰ ਤੁਹਾਡੇ ਕੋਲ ਲੈ ਕੇ ਆਇਆ, ਜੇ ਬੱਧਾ ਚੱਟੀ ਹੁੰਦੇ ਤਾਂ ਬਹਾਨਾ ਬਣ ਜਾਣਾ ਸੀ, ਗੁਰੂ ਇੱਧਰ ਚਲਾ ਗਿਆ ਸੀ, ਇੱਧਰ ਕਿਉਂ ਲੱਭ ਕੇ ਆਇਆ? ਅਤੇ ਇਹ ਬੇਨਤੀ ਮੈਂ ਤਾਂ ਕੀਤੀ ਸੀ, ਧਰਮ ਬੜਾ ਕਠਿਨ ਹੈ, ਪਰ ਇਹ ਸਵਾਲ ਖੜਾ ਹੁੰਦਾ ਵੀ ਲੋਕਾਂ ਨੇ ਫਿਰ ਵੀ ਇਹਨੂੰ ਚੁਣਿਆ, ਉਹਦਾ ਕਾਰਨ ਵੀ ਜਿਸ ਚੀਜ਼ ਵਿੱਚ ਪ੍ਰੇਮ ਪੈਦਾ ਹੋ ਜਾਏ ਉਹ ਕਰਮ ਫਿਰ ਔਖਾ ਨਹੀਂ ਰਹਿੰਦਾ, ਸੌਖਾ ਹੋ ਜਾਂਦਾ। ਆਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।